ਆਨੰਦ ਗੁਣੇ ਨੇ ਧਾਨ ਗੁਰੂ ਗਰੀਬ ਨਿਵਾਜ ਜੀਓ ਸਾਰੀ ਸੰਗਤ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਈ ਜਿੰਦ ਵਾਰ ਗਏ ਸਦਕੀ ਪਰਵਾਨੇ ਕੌਮ ਲਈ ਜਿੰਦ ਵਾਰ ਗਏ ਸਦਕੀ ਪਰਵਾਨੇ ਬਣ ਕੇ ਨਿਕਲੇ ਲਾੜੀ ਮਾਰ ਦੇ ਡਾਨੇ ਕਮਾਵਣ ਵਾਸਤੇ ਮਿਥਲੇ ਨਿਸ਼ਾਨੇ ਧਰਮ ਕਮਾਵਣ ਵਾਸਤੇ ਮਿਥਲੇ ਨਿਸ਼ਾਨੇ ਯਾਰੀ ਲਾ ਕੇ ਮੌਤ ਨਾਲ ਪਰ ਯਾਰ ਦੀਵਾਨੇ
ਯਾਰੀ ਲਾ ਕੇ ਮੌਤ ਨਾਲ ਬਣ ਜਾਣ ਦੀਵਾਨੇ, ਉਹ ਡਾਡੀ ਗਾਉਂਦੇ ਵਾਰਸਾ ਸਦਾ ਰਹਿਣ ਦੀਵਾਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਖੇਤ ਜੋ ਮੰਡ ਸੂਰਮਾ ਅਵਜੁਜ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕਾ ਖੇਤ, ਪੁਰਜਾ ਪੁਰਜਾ ਕੱਟ ਮਰਿਆ ਕਮੂਨਾ ਸਾਡਾ ਖੇਤ, ਪਹਿਲਾਂ ਮਰਨ ਕਬੂਲ ਆ ਜੀਵਨ ਕੀ ਸਾਡਾ ਆਸ, ਹੋ ਸਵਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਹਾਜ਼ਰਾ ਹਜ਼ੂਰ ਜਹਰਾ ਜਹੋਰ ਸਰਵ ਕਲਾ ਭਰਪੂਰ, ਬਾਣੀ ਕੇ ਬੋਇਤ ਚਵਰ ਛਤਰ ਤਖਤ ਦੇ ਮਾਲਕ, ਮਾਲਕ ਕਾਇਨਾਤ ਜੁਗੋ ਜੁਗ ਅਟਲ ਤਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਆ ਸਜੇ ਬੈਠੇ ਗੁਰੂ ਕੇ ਪਿਆਰ ਵਾਲੇ, ਇੱਕ ਵਾਰੀ ਇਕਾਗਰਤਾ ਬਣਾ ਕੇ ਬਾਜਾਂ ਵਾਲੇ ਬਾਪੂ ਦਾ ਦਿੱਤਾ ਹੋਇਆ ਨਾਰਾ ਬੁਲੰਦ ਆਵਾਜ਼ ਵਿੱਚ ਬੁਲਾ ਕੇ ਸਾਨੂੰ ਕੁਝ ਕਹਿਣ ਦਾ ਬਲ ਬਖਸ਼ਿਸ਼ ਕਰ ਦਿਓ, ਸਾਰੀ ਸੰਗਤ ਗੱਜ ਕੇ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਅੱਜ ਆਪਾਂ ਸ਼ਹੀਦੀ ਸਮਾਗਮ ਦੇ ਵਿੱਚ ਸਾਰੇ ਇਕੱਤਰ ਹੋਏ। ਇੱਕ ਗੱਲ ਯਾਦ ਰੱਖਿਓ, ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਸ਼ਹੀਦ ਕਿਸੇ ਇੱਕ ਨਗਰ ਦਾ ਵਾਸੀ ਨਹੀਂ, ਇੱਕ ਮਾਂ ਦਾ ਪੁੱਤ ਨਹੀਂ, ਇੱਕ ਭੈਣ ਦਾ ਭਰਾ ਨਹੀਂ, ਸ਼ਹੀਦ ਕੌਮ ਦਾ ਸਰਮਾਇਆ ਨੇ। ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਆਪਣੇ ਬੀਤੇ ਕੱਲ ਨੂੰ ਭੁੱਲ ਜਾਂਦੀਆਂ ਨੇ, ਉਹਨਾਂ ਦਾ ਭਵਿੱਖ ਕੋਈ ਨਹੀਂ ਹੁੰਦਾ। ਆਪ ਜੀ ਸੁਬਾਹ ਤੋਂ ਲੈ ਕਰਕੇ ਸ਼ਹੀਦ ਬਾਬਾ ਜੁਗਰਾਜ ਸਿੰਘ ਜੀ ਤੂਫਾਨ, ਉਹਨਾਂ ਦੇ ਇਸ ਸਾਲਾਨਾ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸ਼ਾਇਦ 2014 ਦੇ ਵਿੱਚ ਮੈਂ ਤੁਹਾਡੇ ਦਰਸ਼ਨ ਦਾਰੇ ਕੀਤੇ ਆ, ਉਸ ਤੋਂ ਬਾਅਦ ਮੁੜ ਅੱਜ ਤੁਹਾਡੇ ਦਰਸ਼ਨ ਦਾਰੇ ਕਰ ਰਹੇ ਹਾਂ। ਸੱਚਾ ਪਾਤਸ਼ਾਹ ਕਿਰਪਾ ਕਰੇ, ਜਦੋਂ ਪਹਿਲੀ ਵਾਰ ਮੈਂ ਇਸ ਸਥਾਨ ਦੇ ਉੱਤੇ ਆਣ ਕੇ ਤੁਹਾਡੇ ਦਰਸ਼ਨ ਦਾਰੇ ਕੀਤੇ ਨਾ ਜੀ, ਤਾਂ ਉਦੋਂ ਗਿਣਤੀ ਦੇ ਸਰੀਰ ਸਨ ਕੋਈ 10 ਤੋਂ 12 ਕੁ ਸਰੀਰ। ਅੱਜ ਗੁਰੂ ਦੀ ਬਾਬਾ ਕਿਰਪਾ, ਇੱਕ ਮੈਂ ਇੱਧਰੋਂ ਜਕਾਰਾ ਲਾਉਣ ਲੱਗਾ, ਜਿੰਨੀਆਂ ਵੀ ਮੇਰੀਆਂ ਸਤਿਕਾਰਯੋਗ ਭੈਣਾਂ ਬੈਠੀਆਂ, ਮੇਰੇ ਵੀਰ ਭਾਈ ਬੈਠੇ ਨੇ, ਜਿਹਨੇ ਜਿਹਨੇ ਵੀ ਤੁਹਾਡੇ ਵਿੱਚੋਂ ਬਾਬਾ ਜੁਗਰਾਜ ਸਿੰਘ ਤੂਫਾਨ ਦੇ ਦਰਸ਼ਨ ਕੀਤੇ ਆ, ਉਹ ਇੱਕ ਇੱਕ ਬਾਂਹ ਖੜੀ ਕਰਕੇ ਜਕਾਰੇ ਦਾ ਜਵਾਬ ਜਕਾਰੇ ਵਿੱਚ ਦਿਓ ਬਾਈ। ਬੋਲੋ ਸੋਨਾਲੇ ਸਤਿ ਸ਼੍ਰੀ ਅਕਾਲ। ਆਪ ਸਾਰਿਆਂ ਦੇ ਉਸ ਯੋਧੇ ਦੇ ਦਰਸ਼ਨ ਕੀਤੇ ਮੁਬਾਰਕ ਹੈ ਭਾਈ, ਤੁਹਾਨੂੰ ਮੁਬਾਰਕ ਹੈ ਜਿਹਨਾਂ ਉਹਨਾਂ ਯੋਧਿਆਂ ਦੇ ਦਰਸ਼ਨ ਦਾਰੇ ਕੀਤੇ। ਤਾਂ ਹੀ ਤੁਹਾਡੇ ਅੰਦਰ ਇੱਕ ਦਰਦ ਹੈ, ਆਪਾਂ ਹਾਜ਼ਰ ਨਾਜ਼ਰ ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਜਿਹੜੀਆਂ ਸੰਗਤਾਂ ਬਾਹਰ ਕਿਤੇ ਸੱਜੇ ਖੱਬੇ ਘੁੰਮਦੀਆਂ, ਉਹਨਾਂ ਪ੍ਰਤੀ ਵੀ ਬੇਨਤੀ ਕਰਾਂਗੇ, ਆਣ ਕੇ ਪੰਡਾਲ ਵਿੱਚ ਬੈਠਣ ਦਾ ਯਤਨ ਕਰੋ। ਇਹੀ ਸੱਚੀ ਸੁੱਚੀ ਸ਼ਰਧਾਂਜਲੀ ਆ ਸ਼ਹੀਦਾਂ ਵਾਸਤੇ। ਮੈਂ ਅੰਦਰ ਜਲ ਪਾਣੀ ਛੱਕ ਕੇ ਆਇਆ, ਬੇਸ਼ੱਕ ਹੁਣ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਹੀ ਲੱਗੇ, ਜੇ ਆਪਾਂ ਭਾਈ ਸਾਹਿਬ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰ ਲਓ, ਕਿਲੋਮੀਟਰਾਂ ਵਧੀ ਦੂਜਿਆਂ ਪਿੰਡਾਂ ਤੋਂ ਚੱਲ ਕੇ ਆਉਂਦੇ ਆ, ਫਿਰ ਇੱਥੇ ਰਿਸ਼ਤੇਦਾਰੀ ਨਾ ਵੇਖੋ ਕਿ ਰਿਸ਼ਤੇਦਾਰੀ ਕੀ ਬਣਦੀ ਏ। ਅੰਦਰ ਕਮਰਿਆਂ ਚ ਬਹਿ ਕੇ ਬਰਸੀਆਂ ਜਾਂ ਸਮਾਗਮ ਨਹੀਂ ਮਨਾਏ ਜਾਂਦੇ, ਸਮਾਗਮ ਹਮੇਸ਼ਾ ਗੁਰੂ ਦੀ ਗੋਦ ਵਿੱਚ ਆਣ ਕੇ ਮਨਾਏ ਜਾਂਦੇ। ਜਿਹੜੀਆਂ ਸੰਗਤਾਂ ਆਪਣੇ ਆਨੰਦ ਵਾਸਤੇ ਬੈਠੀਆਂ ਨੇ, ਉਹਨਾਂ ਪ੍ਰਤੀ ਬੇਨਤੀ ਕਰਾਂ, ਉਹਨਾਂ ਵਿੱਚ ਮੇਰੀਆਂ ਭੈਣਾਂ ਵੀ ਹੋਣਗੀਆਂ, ਮੇਰੇ ਵੀਰ ਵੀ ਹੋਣਗੇ, ਪਰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਮੁਬਾਰਕ ਹੈ। ਜਿਹੜੇ ਐਵੇਂ ਬੇਵਜ੍ਹਾ ਹੀ ਆਪਾਂ ਉੱਥੇ ਕੁਰਸੀਆਂ ਮੰਜਿਆਂ ਦੇ ਉੱਤੇ ਬੈਠੇ ਹਾਂ, ਉਹ ਸਮਾਗਮ ਵਿੱਚ ਨਹੀਂ ਆਏ, ਫਿਰ ਉਹ ਕਿਸੇ ਦੇ ਮੇਲ ਮਿਲਾਪ ਵਾਸਤੇ ਤੇ ਆਏ ਹੋਣਗੇ। ਆਓ ਮੈਂ ਸਮਾਂ ਅਜਾਇਆ ਨਾ ਕਰਾਂ,
ਬਾਬਾ ਜੁਗਰਾਜ ਸਿੰਘ ਜੀ ਤੂਫਾਨ ਵਾਰ ਵਾਰ ਇਸ ਸਟੇਜ ਦੇ ਉੱਤੋਂ ਉਹਨਾਂ ਦਾ ਨਾਮ ਬੋਲਿਆ ਜਾਂਦਾ। ਜੇ ਮੈਂ ਗਲਤ ਨਾ ਹੋਵਾਂ ਤੇ ਲਗਭਗ ਅੱਜ ਆਪਾਂ 34ਵੀਂ ਵਰਸੀ 33ਵੀਂ 34ਵੀਂ ਵਰਸੀ ਜਿਹੜੀ ਆਪਾਂ ਉਹ ਇਹ ਮਨਾ ਰਹੇ ਹਾਂ ਸਮਾਗਮ ਜਿਹੜਾ ਉਹਨਾਂ ਦਾ। ਇੰਨੇ ਸਾਲ ਹੋ ਗਏ, ਵਰਸੀਆਂ ਨਾ ਤੁਹਾਡੀਆਂ ਮੰਨਣੀਆਂ ਨਾ ਸਾਡੀਆਂ ਮੰਨਣੀਆਂ। ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਹਨਾਂ ਨੇ ਧਰਮ ਬਦਲੇ ਕੁਝ ਕੀਤਾ ਹੋਵੇ, ਨੇਕੀ ਬਦਲੇ ਕੁਝ ਕੀਤਾ ਹੋਵੇ, ਕੌਮ ਬਦਲੇ ਕੁਝ ਕੀਤਾ ਹੋਵੇ। ਤੇ ਜਿਹਨਾਂ ਕੌਮ ਬਦਲੇ ਕੁਝ ਕੀਤਾ ਨਾ, ਫਿਰ ਉਹਨਾਂ ਦੇ ਇਵੇਂ ਸਾਲਾਨਾ ਮੇਲੇ ਲੱਗਦੇ ਨੇ। ਕੋਈ ਬਹੁਤਾ ਪੁਰਾਣਾ ਇਤਿਹਾਸ ਤੇ ਨਹੀਂ, ਪੁਰਾਤਨ ਤੋਂ ਤੇ ਲੋਕ ਕਹਿ ਦਿੰਦੇ ਨੇ ਇਹ ਕਿੱਦਾਂ ਹੋਇਆ ਹੋਊ, ਇਹ ਹੋਇਆ ਹੋਣਾ ਹੈ, ਇਹ ਹੋਇਆ ਸੀ, ਇਹ ਤੇ ਤੁਹਾਡੇ ਸਾਹਮਣੇ ਹੈ। ਮੈਂ ਤਾਂ ਹੀ ਤੇ ਤੁਹਾਡੀਆਂ ਬਾਹਾਂ ਖੜੀਆਂ ਕਰਾ ਕੇ ਜਕਾਰੇ ਦਾ ਜਵਾਬ ਲਿਆ ਬਈ ਕਿਹਨੇ ਕਿਹਨੇ ਦਰਸ਼ਨ ਦਾਰੇ ਕੀਤੇ। ਇਹਦਾ ਮਤਲਬ ਇਹ ਤੇ ਹਲੇ ਬੀਤੇ ਕੱਲ ਦੀ ਬਾਤ ਹੈ। ਇੱਕ ਵਾਰ ਸਾਰੀ ਸੰਗਤ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਨ ਨੇ ਉਹ ਮਾਪੇ, ਪਿਤਾ ਸਰਦਾਰ ਮਹਿੰਦਰ ਸਿੰਘ, ਮਾਤਾ ਹਰਵੰਸ ਕੌਰ, ਤਨ ਹੈ। ਮੈਂ ਉਸ ਮਾਂ ਦੇ ਦਰਸ਼ਨ ਦਾਰੇ ਕੀਤੇ ਆਖਰੀ ਵਾਰ, ਜਦੋਂ ਮੈਂ ਦਰਸ਼ਨ ਦਾਰੇ ਕੀਤੇ ਨਾ ਤਾਂ ਉਦੋਂ ਸ਼ੂਗਰ ਦੀ ਬਿਮਾਰੀ ਸੀ, ਸਿਹਤ ਬੜੀ ਫੁੱਲੀ ਹੋਈ ਸੀ। ਉਹ ਦਿਨ ਯਾਦ ਕਰੀਏ, ਅੱਜ ਨਾ ਵੇਖੋ ਤੁਸੀਂ ਜੋ ਅੱਜ ਹੈ ਪਰਿਵਾਰ ਦੇ ਸਾਹਮਣੇ, ਇਹ ਨਾ ਵੇਖੋ, ਉਹ ਦਿਨ ਵੇਖੋ ਜਿੱਦਣ ਕੋ ਕਮਰੇ ਦੀ ਛੱਤ ਦੇ ਬਾਲੇ ਟੁੱਟੇ ਹੋਏ ਸੀ ਤਾਂ ਇੱਕ ਡਰੰਮ ਦੇ ਵਿੱਚ 4 ਬੋਰੀਆਂ ਦਾਣਿਆਂ ਦੀਆਂ ਹੋਣਗੀਆਂ ਜੋ ਮੈਂ ਵੇਖਿਆ, ਤੇ ਉਸ ਡਰੰਮ ਦੇ ਉੱਤੇ ਛੱਤ ਦਾ ਮੀਂਹ ਵਾਲਾ ਪਾਣੀ ਚੋ ਚੋ ਕੇ ਡਰੰਮ ਦੇ ਵਿੱਚ ਕਈ ਜਗ੍ਹਾ 2-3 ਜਗ੍ਹਾ ਮੋਰੀਆਂ ਹੋਈਆਂ ਸੀ ਤੇ ਉਹਦੇ ਵਿੱਚ ਉਹ ਦਾਣੇ ਬਾਹਰ ਕਰ ਰਹੇ ਸੀ। ਦਿਨ ਉਹ ਯਾਦ ਕਰੋ, ਅੱਜ ਵਾਲੇ ਨਾ ਵੇਖੋ ਕਿ ਅੱਜ ਕੀ ਹੈ। ਅੱਜ ਬੇਸ਼ੱਕ ਆਪਾਂ ਉਹਨਾਂ ਦੀਆਂ ਯਾਦਾਂ ਮਨਾਉਂਦੇ ਆ, ਬੇਅੰਤ ਸੰਗਤਾਂ ਜੁੜਦੀਆਂ, ਪਰ ਕਦੇ ਤੁਹਾਡੇ ਅੰਦਰ ਡਰ ਵੀ ਸੀ ਜਿੱਦਣ ਇੱਥੇ 12-14 ਸਰੀਰ ਜੁੜਦੇ ਸੀ? ਅਸੀਂ ਤੇ ਉਹਨਾਂ ਦੀਆਂ ਯਾਦਾਂ ਵੀ ਨਹੀਂ ਸੀ ਮਨਾ ਸਕਦੇ। ਜਿਹੜਾ ਉਹਨਾਂ ਦੀ ਯਾਦ ਮਨਾਉਣ ਵਾਸਤੇ ਕਿਸੇ ਸ਼ਹੀਦ ਦੀ ਸਮਾਗਮ ਦੇ ਉੱਤੇ ਪਹੁੰਚਦਾ ਸੀ, ਸਰਕਾਰ ਉਹਨਾਂ ਨੂੰ ਚੁੱਕ ਕੇ ਅੰਦਰ ਕਰ ਦਿੰਦੀ ਸੀ, ਇੱਕ ਡਰ ਸੀ। ਰਵੱਈਆ ਅੱਜ ਵੀ ਸਰਕਾਰ ਦਾ ਉਹੀ ਹੈ। ਤੁਸੀਂ ਇੱਕ ਲਫ਼ਜ਼ ਅੱਜ ਕਦੇ ਮੌਜੂਦਾ ਸਰਕਾਰ ਦੇ ਵਿਰੁੱਧ ਬੋਲ ਕੇ ਵੇਖੋ, ਪਰਚਾ ਪਹਿਲਾਂ ਬਣਿਆ ਹੋਇਆ, ਉਹ ਨਾ ਹੀ ਭਰਨਾ ਵੀ ਕਿਹੜਾ ਬੰਦਾ ਬੋਲਿਆ ਸੀ, ਤੇ ਸਿੱਧਾ ਹੀ ਅਸਾਮ ਵਾਲੀ ਜੇਲ੍ਹ ਚ। ਪਿੱਛੇ ਪਰਿਵਾਰ ਦਾ ਜੀ ਕੋਈ ਮੁਲਾਕਾਤ ਵੀ ਨਾ ਕਰਨ ਜਾ ਸਕੇ। ਇਹ ਸਾਰੇ ਕਾਨੂੰਨ ਸਿੱਖਾਂ ਵਾਸਤੇ ਨੇ। ਪਿਤਾ ਸਰਦਾਰ ਮਹਿੰਦਰ ਸਿੰਘ, ਮਾਤਾ ਹਰਬੰਸ ਕੌਰ ਦੀ ਕੁੱਖੋਂ 5 ਧੀਆਂ ਨੇ ਜਨਮ ਲਿਆ। ਉਹਨਾਂ 5 ਭੈਣਾਂ ਦੀਆਂ ਅਰਦਾਸਾਂ, ਭੈਣਾਂ ਅਰਦਾਸਾਂ ਕਰਦੀਆਂ ਨਾ, ਕਬੀਰ ਦਈ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ। ਕਦੇ ਕਿਸੇ ਭਰਾ ਨੇ ਅਰਦਾਸ ਨਹੀਂ ਕੀਤੀ ਕਿ ਮੈਨੂੰ ਇੱਕ ਭੈਣ ਚਾਹੀਦੀ ਹੈ। ਜਦੇ ਭਰਾ ਵਾਸਤੇ ਅਰਦਾਸ ਕਰਦੀ ਹੈ ਤੇ ਭੈਣ ਕਰਦੀ ਹੈ, ਤੇ ਇੱਥੇ ਤੇ ਮਾਂ ਦਾ ਬੇੜਾ ਧੀਆਂ ਦੇ ਨਾਲ ਸੀ। 5 ਭੈਣਾਂ 5 ਧੀਆਂ, ਉਹਨਾਂ 5 ਦੀਆਂ ਅਰਦਾਸਾਂ ਬੇਨਤੀਆਂ ਪਰਮਾਤਮਾ ਨੇ ਸੁਣੀਆਂ ਤੇ 1971-72 ਵਿੱਚ ਬਾਬਾ ਜੁਗਰਾਜ ਸਿੰਘ ਦਾ ਜਨਮ ਹੋਇਆ। ਇਹੋ ਜਿਹਾ ਲੋਕ, ਇਹੋ ਜਿਹਾ ਸਰੀਰ ਪਰਮਾਤਮਾ ਆਪ ਭੇਜਦਾ। ਮਾਂ ਨੂੰ ਅਥਾਹ ਖੁਸ਼ੀ ਹੋਈ ਤੇ ਮਾਂ ਨੇ ਆਪਣੇ ਪੁੱਤ ਦਾ ਨਾਂ ਰੱਖਿਆ, ਕਿਉਂਕਿ ਜਦੋਂ ਆਪਾਂ ਆਪਣੇ ਨਾਂ ਦੇ ਅਰਥ ਸਮਝੀਏ ਨਾ ਤਾਂ ਬੰਦੇ ਦਾ ਜੀਵਨ ਬਦਲ ਜਾਂਦਾ। ਜੇ ਕਿਤੇ ਆਪਾਂ ਆਪਣੇ ਰੱਖੇ ਹੋਏ ਨਾਂ ਦੇ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਈਏ। ਮਾਂ ਨੇ ਆਪਣੇ ਪੁੱਤ ਦਾ ਨਾਂ ਰੱਖਿਆ ਜੁਗਰਾਜ ਸਿੰਘ। ਆ ਚੁੱਕਾਂ ਚੁੱਕਾਂ ਤੱਕ ਅਮਰ ਹੋਣ ਵਾਲਾ ਉਹ ਪੁੱਤ ਬਾਬਾ ਜੁਗਰਾਜ ਸਿੰਘ 6-7 ਸਾਲ ਦੀ ਉਮਰ ਸੀ। ਅੱਜ ਤੁਹਾਡੇ ਘਰਾਂ ਵਿੱਚ ਵੀ ਬੱਚੇ ਨੇ 6-6 ਸਾਲ ਦੇ, 7-7 ਸਾਲ ਦੇ, 6-7 ਸਾਲ ਦੀ ਉਮਰ
ਤੇ 1978 ਦਾ ਕਾਂਡ ਵਾਪਰ ਗਿਆ ਸੀ ਅੰਮ੍ਰਿਤਸਰ। ਨਿਰੰਕਾਰੀਆਂ ਵੱਲੋਂ ਜਿਹੜਾ ਇੱਕ ਜਲੂਸ ਕੱਢਿਆ ਗਿਆ ਤੇ ਜਿਹਦਾ ਵਿਰੋਧ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੀਤਾ, ਕਿਉਂਕਿ ਅੱਜ ਲੋਕੀ ਕਹਿੰਦੇ ਨੇ ਜੀ ਅੱਤਵਾਦੀਆਂ ਦਾ ਇਤਿਹਾਸ ਹੈ, ਇਹ ਖਾੜਕੂਆਂ ਦਾ ਇਤਿਹਾਸ ਹੈ। ਪਹਿਲਾਂ ਇਹ ਤੇ ਦੱਸੋ ਬਈ ਅੱਤਵਾਦੀ ਆਏ ਕਿੱਥੋਂ, ਖਾੜਕੂ ਬਣਾਏ ਕਿਹਨੇ? ਆ ਦੁਨੀਆਂ ਦੇ ਲੋਕਾਂ, ਅਸੀਂ ਖਾੜਕੂ ਬਣਨਾ ਨਹੀਂ ਸੀ ਚਾਹੁੰਦੇ, ਸਾਨੂੰ ਬਣਾਇਆ ਗਿਆ। ਅਸੀਂ ਤੇ ਬਾਣੀ ਪੜ੍ਹਦੇ ਬੜੇ ਠੰਡੇ ਸਾਂ, ਸਾਨੂੰ ਤਪਾਇਆ ਗਿਆ। ਜਦੋਂ ਸਿੱਖੀ ਵਿਰੋਧੀ ਤਾਕਤਾਂ ਸਿੱਖਾਂ ਦੇ ਸਿਰ ਤੇ ਚੜ ਕੇ ਨੱਚੀਆਂ, ਉਹਨਾਂ ਨੂੰ ਥੱਲੇ ਲਾਉਣ ਵਾਸਤੇ ਸਾਨੂੰ ਹਥਿਆਰ ਚੁੱਕਣੇ ਪੈ ਗਏ। ਜਿੱਦਣ ਹਥਿਆਰ ਚੁੱਕ ਲਏ ਸਾਡੇ ਮੱਥੇ ਉੱਤੇ ਖਾੜਕੂਆਂ ਵਾਲਾ ਫੱਟਾ ਲੱਗ ਗਿਆ। ਖਾੜਕੂ ਬਣਾਇਆ ਕਿਹਨੇ? ਜਿੱਦਣ ਉਹ ਨਰਕ ਧਾਰੀ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਇੱਕ ਪੈਰ ਰੱਖ ਕੇ ਟੱਪਿਆ ਤਾਂ ਇਹ ਗੱਲ ਕਹਿੰਦਾ ਕਿ ਇਹ ਕਾਗਜ਼ਾਂ ਦਾ ਥੱਬਾ, ਤੇ ਤੁਸੀਂ ਦੱਸੋ ਵੀ ਸਿੱਖ ਕਿੱਦਾਂ ਬਰਦਾਸ਼ਤ ਕਰ ਲੂ, ਸਿੱਖ ਬਰਦਾਸ਼ਤ ਕਰ ਲੂ? ਤੇ ਜਦੋਂ ਸਿੰਘਾਂ ਨੇ ਇਹਦਾ ਮੂੰਹ ਬੰਦ ਕਰਨਾ ਚਾਹਿਆ ਤੇ ਫਿਰ ਉਹ ਕਾਂਡ ਵਾਪਰ ਗਿਆ, ਸਾਡੇ 13 ਸਿੰਘ ਸ਼ਹੀਦ ਹੋ ਗਏ, 13 ਸਿੰਘ। ਔਰ ਜਿੱਦਣ 13 ਸਿੰਘ ਸ਼ਹੀਦ ਹੋਏ ਉਦਣ 6-7 ਸਾਲ ਦੀ ਉਮਰ ਸੀ, ਉਦਣ 6-7 ਸਾਲ ਦੀ ਉਮਰ ਸੀ ਜੁਗਰਾਜ ਸਿੰਘ ਤੂਫਾਨ ਦੀ। ਤੇ ਮਾਂ ਦਾ ਗੋਡਾ ਫੜ ਕੇ ਪਤਾ ਕੀ ਕਹਿੰਦਾ, ਕਿਉਂਕਿ ਬਾਪੂ ਮਹਿੰਦਰ ਸਿੰਘ ਦੇ ਨਾਲ ਗੁਰੂ ਕਰ ਗਿਆ ਸੀ ਤੇ ਗੁਰਦੁਆਰੇ ਉਦੋਂ ਸੰਗਤ ਜੁੜਦੀ ਸੀ, ਅੱਜ ਕਿੱਥੇ ਜੁੜਦੀਆਂ ਸੰਗਤਾਂ ਗੁਰਦੁਆਰੇ ਵਿੱਚ? ਮੈਂ ਆਮ ਪਿੰਡਾਂ ਦੀ ਗੱਲ ਕਰਦਾ ਜੀ, ਤਾਂ ਹੀ ਤੇ ਬੇਅਦਬੀਆਂ ਦਾ ਦੌਰ ਵਧਿਆ। ਕਦੇ ਅੰਮ੍ਰਿਤ ਵੇਲੇ ਲੋਕ ਗੁਰੂ ਘਰਾਂ ਜਾਂਦੇ ਸਨ, ਜਿੱਦਣ ਬਾਪੂ ਮਹਿੰਦਰ ਸਿੰਘ ਦੇ ਨਾਲ ਜੁਗਰਾਜ ਸਿੰਘ ਗੁਰਦੁਆਰੇ ਗਿਆ ਨਾ ਜੀ, ਤੇ ਉੱਥੇ 4 ਸਰੀਰ ਜੁੜੇ ਗੁਰਦੁਆਰੇ, ਉਹ ਆਪੋ ਵਿੱਚ ਹੀ ਗੱਲਾਂ ਕਰਦੇ ਆ ਵੀ ਕੱਲ ਗੋਲੀ ਚੱਲ ਗਈ ਅੰਮ੍ਰਿਤਸਰ, 13 ਸਿੰਘ ਸ਼ਹੀਦ ਹੋ ਗਏ। ਇਹ ਗੱਲ ਸੁਣ ਕੇ ਘਰੇ ਆਣ ਕੇ ਮਾਂ ਦਾ ਗੋਡਾ ਫੜ ਲਿਆ। ਜੁਗਰਾਜ ਸਿੰਘ ਪੁੱਛਦਾ, ਮਾਂ 13 ਸਿੰਘ ਸ਼ਹੀਦ ਕਿਉਂ ਕੀਤੇ? ਇਹ ਸ਼ਹੀਦ ਕੀ ਹੁੰਦੇ ਨੇ? ਇਹ ਕਿਹਨੇ ਕੀਤੇ ਨੇ? ਕਿਉਂ ਹੋਏ ਨੇ? ਉਹ ਕਹਿੰਦੀ, ਤੈਨੂੰ ਇਹ ਗੱਲ ਦਾ ਕਿੱਥੋਂ ਪਤਾ ਲੱਗਾ? ਕਹਿੰਦਾ, ਗੁਰੂ ਘਰ ਵਿੱਚ ਗੱਲਾਂ ਕਰਦੇ ਸੀ ਲੋਕ। ਮੈਂ ਉਸ ਮਾਂ ਦੇ ਗੋਡੇ ਮੁੱਢ ਬੈਠ ਕੇ ਬਾਤਾਂ ਪੁੱਛੀਆਂ, ਜਿੰਨੀਆਂ ਕੁ ਉਹਨੇ ਦੱਸੀਆਂ ਮੈਂ ਅੱਜ ਉਹੀ ਗੱਲ ਰਿਪੀਟ ਕਰਨ ਲੱਗਾ, ਭਾਵੇਂ ਤੁਸੀਂ ਬਹੁਤ ਨੇੜੇ ਰਹਿਣ ਵਾਲੇ ਹੋ ਪਰਿਵਾਰ ਦੇ। ਮਾਂ ਕਹਿੰਦੀ, ਮੈਨੂੰ ਇਸ ਗੱਲ ਦਾ ਕੋਈ ਜਵਾਬ ਨਾ ਆਇਆ। ਅਗਲੇ ਪਾਲੀ ਆਹੀ ਤਾਂ ਰਸਤਾ ਵਗਦਾ, ਅਗਲੇ ਪਾਲੀ ਟਾਂਗੇ 'ਚ ਬੈਠੀ। ਮਾਂ ਕਹਿੰਦੀ, ਮੈਂ ਮਹਿਤੇ ਲੈ ਗਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਗੋਦ ਵਿੱਚ ਬਹਾ ਕੇ ਜੁਗਰਾਜ ਸਿੰਘ ਨੂੰ। ਮੈਂ ਕਿਹਾ, ਬਾਬਾ ਜੀ ਇਹ ਮੇਰੇ ਕੋਲੋਂ ਪੁੱਛਦਾ ਕਿ 13 ਸਿੰਘ ਕਿਉਂ ਸ਼ਹੀਦ ਕੀਤੇ? ਇੱਕ ਗੱਲ ਯਾਦ ਰੱਖਿਓ, ਜਿਹਨੂੰ 6-7 ਸਾਲ ਦੀ ਉਮਰ ਵਿੱਚ ਬਾਬਾ ਜਰਨੈਲ ਸਿੰਘ ਜੀ ਦੀ ਗੋਦ ਮਿਲ ਗਈ ਹੋਵੇ, ਫਿਰ ਉਹ ਯੋਧਾ ਬਣ ਕੇ ਦੁਨੀਆਂ ਵਾਸਤੇ ਨਾ ਲੜੇ, ਇਹ ਕਦੇ ਹੋ ਨਹੀਂ ਸਕਦਾ। ਉਹਨੇ ਤੇ ਬਗਾਨੇ ਦੂਜੇ ਧਰਮਾਂ ਦੇ ਲੋਕ ਆਪਣੇ ਧਰਮ ਦੇ ਵਿੱਚ ਲਿਆਣ ਕੇ ਕੌਮ ਦੀ ਖਾਤਰ ਜਿਹਨਾਂ ਸ਼ਹੀਦੀਆਂ ਪਾਈਆਂ ਉਹ ਸਤਿਕਾਰੇ ਗਏ, ਇਹ ਤੇ ਹੈ ਹੀ ਆਪਣਾ, ਕਿਉਂਕਿ ਮੇਰੇ ਵਰਗਾ ਅਧੂਰਾ ਕਿਸੇ ਨੂੰ ਪੂਰਾ ਨਹੀਂ ਬਣਾ ਸਕਦਾ। ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਸਮਝਾਉਣਾ ਕੀਤਾ, ਫਿਰ 1984 ਦਾ ਕਾਂਡ ਵਾਪਰ ਗਿਆ ਬਾਈ। 12 ਸਾਲ ਦੀ ਉਮਰ ਸੀ ਜਿੱਦਣ ਬਾਬਾ ਜੁਗਰਾਜ ਸਿੰਘ ਤੂਫਾਨ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਤੇ ਜਦੋਂ 84 ਦਾ ਕਾਂਡ ਵਾਪਰਿਆ ਪਰਿਵਾਰ ਜਾ ਕੇ ਆਇਆ, ਤੇ ਜਦੋਂ ਵੱਡੀ ਭੈਣ ਦਰਬਾਰ ਸਾਹਿਬ ਤੋਂ ਮੁੜ ਕੇ ਆਈ ਪੁੱਛਦਾ, ਕਹਿੰਦਾ, ਭੈਣ ਕਿੰਨਾ ਕੁ ਨੁਕਸਾਨ ਕੀਤਾ ਜ਼ਾਲਮ ਸਰਕਾਰ ਨੇ, ਕਿੰਨਾ ਕੁ ਨੁਕਸਾਨ? ਤੇ ਭੈਣ ਆਖਣ ਲੱਗੀ, ਛੱਡ ਤੂੰ ਕੀ ਲੈਣਾ ਨੁਕਸਾਨ ਤੋਂ, ਤੇਰੇ ਖੇਡਣ ਮੱਲਣ ਦੇ ਦਿਨ ਨੇ। ਦੂਜੇ ਚੌਥੇ ਦਿਨ ਜਿੱਦ ਕਰਦਾ ਬਈ ਮੈਨੂੰ ਦਰਬਾਰ ਸਾਹਿਬ ਵਿਖਾ ਕੇ ਲਿਆ ਕਿੰਨਾ ਕੁ ਨੁਕਸਾਨ ਹੋਇਆ।
ਇੱਕ ਭੁਲੇਖਾ ਪਾਉਣ ਲਈ, ਬੱਚੇ ਨੂੰ ਭੁਲੇਖਾ ਪਾਉਣ ਲਈ ਆਪਣੇ ਸਹੁਰੇ ਪਿੰਡ ਰਮਦਾਸ ਲੈ ਗਈ ਤੇ ਗਲੀਆਂ ਵਿੱਚ ਘੁੰਮਦਾ ਘੁੰਮਦਾ ਦੁਕਾਨ ਤੇ ਗਿਆ ਨਾ, ਤੇ ਦੁਕਾਨਦਾਰ ਨੂੰ ਕਹਿੰਦਾ ਮੈਨੂੰ ਬਾਬਾ ਜਰਨੈਲ ਸਿੰਘ ਦੀ ਫੋਟੋ ਚਾਹੀਦੀ ਹੈ। ਜਦੋਂ ਕੋਈ ਰਾਹ ਮਿਲਣਾ ਹੋਵੇ ਉਦੋਂ ਪਤਾ ਕੀ ਹੁੰਦਾ ਜੀ, ਫਿਰ ਆਪਣੇ ਆਪ ਬਿਉਂਤ ਬੰਦੀਆਂ ਗਾਹ ਤੋਂ ਗਾਹ ਬਣਦੀਆਂ ਜਾਂਦੀਆਂ। ਦੁਕਾਨਦਾਰ ਨੂੰ ਕਹਿੰਦਾ ਮੈਨੂੰ ਫੋਟੋ ਚਾਹੀਦੀ ਹੈ, ਦੁਕਾਨਦਾਰ ਕਹਿੰਦਾ ਜੇ ਬਾਬਾ ਜਰਨੈਲ ਸਿੰਘ ਦੀ ਫੋਟੋ ਚਾਹੀਦੀ ਹੈ ਤਾਂ ਫਿਰ ਦਰਬਾਰ ਸਾਹਿਬ ਜਾ, ਇੱਥੇ ਕੀ ਕਰਨਾ। ਉਹ ਕਹਿੰਦਾ ਦਰਬਾਰ ਸਾਹਿਬ ਨਹੀਂ, ਕਹਿੰਦਾ ਇੱਥੇ ਪਿੰਡ ਰਮਦਾਸ ਸਾਹਿਬ ਭੈਣ ਨਾਲ ਲੜਿਆ, ਭੈਣ ਮੈਨੂੰ ਘਰੋਂ ਕਹਿ ਕੇ ਆਈ ਹੈ ਕਿ ਆਪਾਂ ਦਰਬਾਰ ਸਾਹਿਬ ਜਾਣਾ ਤੇ ਲੈ ਕੇ ਮੈਨੂੰ ਆਪਣੇ ਸਹੁਰੇ ਪਿੰਡ ਆ ਗਈ ਹੈ। ਇਹੀ ਬਾਤਾਂ ਨੇ, ਇਹ ਜਜ਼ਬੇ ਨੇ, ਤੇ ਜਜ਼ਬਾ ਕਦੇ ਦੁਕਾਨਾਂ ਤੋਂ ਨਹੀਂ ਮਿਲਦਾ, ਜਜ਼ਬਾ ਕਦੇ ਪ੍ਰਦੇਸ਼ਾਂ ਤੋਂ ਨਹੀਂ ਮਿਲਦਾ। ਜਿੱਦਣ ਇੱਥੇ ਜਜ਼ਬਾ ਪੈਦਾ ਹੋ ਗਿਆ ਨਾ, ਉਦਣ ਫਿਰ ਬੰਦਾ ਸਿਰ ਤਲੀ ਤੇ ਧਰ ਲੈਂਦਾ ਹੈ, ਜਿੱਦਣ ਇੱਥੇ ਜਜ਼ਬਾ ਪੈਦਾ ਹੋ। ਇਹ ਜਜ਼ਬੇ ਦੀਆਂ ਬਾਤਾਂ ਸਨ। 1984 ਦਾ ਘੱਲੂ ਘਰਾ ਵਾਪਰ ਗਿਆ, ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਸਾਡੀ ਕੌਮ ਦਾ ਜਰਨੈਲ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਸ਼ਹੀਦੀ ਪ੍ਰਾਪਤ ਕਰ ਗਏ। ਫਿਰ ਇੱਕ ਸਮਾਂ ਐਸਾ ਆਇਆ ਘਰੋ ਘਰੀ ਸਿੱਖਾਂ ਦੇ ਮੁੰਡਿਆਂ ਨੂੰ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਬਣਨ ਲੱਗੇ, ਤੇ ਉੱਥੇ ਹੀ ਇਸ ਏਰੀਏ ਦੇ ਵਿੱਚ ਗੋਬਿੰਦ ਰਾਮ ਆਇਆ ਸੀ, SSP ਗੋਬਿੰਦ ਰਾਮ। ਉਹਦੀ ਬੋਲੀ ਬੜੀ ਭੈੜੀ ਸੀ, ਇਹੋ ਜਿਹੀ ਉਹਦੀ ਬੋਲੀ ਕਿ ਜਿਹੜੇ ਬਜ਼ੁਰਗ ਬੈਠੇ ਨੇ ਕਿਤੇ ਪੁੱਛ ਲਓ ਇਹਨਾਂ ਨੂੰ। ਇਹਨਾਂ ਪਿੰਡਾਂ ਦੇ ਵਿੱਚ ਆਣ ਕੇ ਜਦੋਂ ਕਿਤੇ ਗਸ਼ਤ ਕਰਦਾ ਸੀ ਨਾ, ਤਾਂ ਕਈਆਂ ਘਰਾਂ ਵਿੱਚ ਆਣ ਕੇ ਉਹ ਸੰਘਰਸ਼ੀ ਯੋਧੇ ਰੁਕੇ ਹੁੰਦੇ ਸਨ, ਆਣ ਕੇ ਉਹਨੇ ਕੁੰਡਾ ਖੜਕਾਉਣਾ, ਜੇ ਤੇ ਛੇਤੀ ਕੁੰਡਾ ਕਿਸੇ ਨੇ ਖੋਲ ਦਿੱਤਾ ਤੇ ਉਹ ਨਹੀਂ ਸੀ ਵੇਖਦਾ ਬਈ ਇਹ ਬੀਬੀ ਹੈ ਕਿ ਭੈਣ ਹੈ ਕਿ ਪਿਓ ਹੈ ਕਿ ਭਰਾ ਹੈ। ਜਿਹੜੇ ਵੀ ਘਰ ਦੇ ਮੈਂਬਰ ਨੇ ਕਿਸੇ ਨੇ ਕੁੰਡਾ ਖੋਲਿਆ, ਜੇ ਤੇ ਛੇਤੀ ਕੁੰਡਾ ਖੋਲਿਆ ਤੇ ਫਿਰ ਹਿੱਕ ਚੌੜੀ ਕਰਕੇ ਕਹਿੰਦਾ ਤੁਸੀਂ ਜਵਾਈਆਂ ਨੂੰ ਉਡੀਕਦੇ ਸੀ, ਤੇ ਜੇ ਕਿਸੇ ਨੇ ਕੁੰਡਾ ਖੋਲਣ ਵਿੱਚ ਦੇਰੀ ਕਰ ਦਿੱਤੀ ਤਾਂ ਫਿਰ ਇਹ ਕਹਿੰਦਾ ਸੀ ਬਈ ਜਵਾਈ ਪਿਛਲੇ ਕੋਠੇ ਤੋਂ ਭਜਾਤੇ। ਇਹ ਬੋਲ ਨਾ ਸੁਣਨ ਵਾਲੇ ਸੀ, ਆਹ ਬੋਲੀ ਸੀ ਉਹਦੀ, ਪਰ ਇਹੀ ਬੋਲ ਤੇ ਬਾਬਾ ਜੁਗਰਾਜ ਸਿੰਘ ਜੀ ਤੂਫਾਨ ਵਰਗਿਆਂ ਕੋਲੋਂ ਸਹਿਣ ਨਹੀਂ ਹੋਏ। ਇੱਕ ਸਮਾਂ ਐਸਾ ਬਣਿਆ ਜੀ ਜਦੋਂ ਝੂਠੇ ਪੁਲਿਸ ਮੁਕਾਬਲੇ ਬਣੇ। ਲਗਾਤਾਰ 2 ਸਾਲ ਪੰਜਾਬ ਦੇ ਸਿਵੇ ਮਚੇ, 2 ਸਾਲ। ਜੇ ਅੱਜ ਇਸ ਪਿੰਡ ਦਾ ਸਿਵਾ ਠੰਡਾ ਹੋਇਆ, ਨਾਲ ਦੇ ਪਿੰਡ ਵਿੱਚ ਸਿਵੇ ਦੀਆਂ ਲਾਟਾਂ ਮਚੀਆਂ, ਜੇ ਅਗਲੇ ਪਿੰਡ ਦਾ ਸਿਵਾ ਠੰਡਾ ਹੋਇਆ, ਅਗਲੇ ਪਿੰਡ ਵਿੱਚ ਲਾਟਾਂ ਮਚੀਆਂ, ਲੋਕੋ ਰੋਈ ਧਰਤ ਪੰਜਾਬ ਦੀ। Thank you.
ਚੁਣ ਚੁਣ ਦਵਰੂ ਮਾਰਦੇ ਕੋਈ ਨਾ ਬਾਬ ਸਰਦਾਰ ਵਿੱਚ ਆਉਂਦੇ ਜਾਂਦੇ ਚੁਗਲੇ ਗੁਰੂ ਕਾ ਖਾਲਸਿਓ ਜਿਨ੍ਹਾਂ ਜਿਨ੍ਹਾਂ ਵੀ ਬਾਹਾਂ ਖੜੀਆਂ ਕਰਕੇ ਇਹ ਸਬੂਤ ਦਿੱਤਾ ਕਿ ਅਸੀਂ ਬਾਬਾ ਜੋਰਾਵਰ ਸਿੰਘ ਤੂਫਾਨ ਦੇ ਦਰਸ਼ਨ ਕੀਤੇ ਫਿਰ ਜਿਹੜੀਆਂ ਗੱਲਾਂ ਮੈਂ ਅਗਲੀਆਂ ਕਰਨ ਲੱਗਾ ਫਿਰ ਤੁਸੀਂ ਉਹ ਗੱਲਾਂ ਵੀ ਵੇਖੀਆਂ ਹੋਣਗੀਆਂ ਤੇ ਅਗਲੀ ਪੀੜ੍ਹੀ ਨੂੰ ਦੱਸਿਓ ਕਿ ਇਹ ਸੱਚ ਹੈ ਪਤਾ ਕਿਹੜੀ ਸੱਚਾਈ ਦੀ ਘਰੋ ਘਰੀ ਛਾਪੇ ਮਾਰ ਕੇ ਜਵਾਨ ਪੁੱਤ ਮਾਮਾ ਦੇ ਚੱਕੇ ਗਏ ਜਿੱਥੇ ਮਾਮਾ ਦੇ ਪੁੱਤ ਚੱਕੇ ਗਏ ਸਾਡਾ ਕਸੂਰ ਕੀ ਸੀ ਕੇਵਲ ਸਿਰ ਦੇ ਉੱਤੇ ਦਸਤਾਰ ਤੇ ਮੂੰਹ ਤੇ ਦਾੜੀ ਇਹੀ ਕਸੂਰ ਸੀ ਸਾਡਾ ਕੋਈ ਮਾਂ ਦਾ ਪੁੱਤ ਪੜ੍ਹਨ ਜਾਂਦਾ ਚੱਕ ਲਿਆ ਤੇ ਕੋਈ ਪੜ੍ਹ ਕੇ ਆਉਂਦਾ ਚੱਕ ਲਿਆ ਖੂਹਾਂ ਦੇ ਖੂਹ ਭਰ ਦਿੱਤੇ ਗਏ ਲਾਸ਼ਾਂ ਦੇ ਨਾਲ ਦਰਿਆਵਾਂ ਚ ਰੋੜ ਦਿੱਤੇ ਗਏ ਸਰਦਾਰ ਜਸਵੰਤ ਸਿੰਘ ਖਾਲਰਾ ਸ਼ਹੀਦ 26,000 ਲੱਖਾਂ ਦਾ ਖਰੜਾ ਤਿਆਰ ਕੀਤਾ ਪੁੱਛਦਾ ਸਰਕਾਰ ਤੋਂ ਕਿ ਇਹ 26,000 ਪੰਜਾਬ ਦੇ ਮੁੰਡੇ ਕਿੱਥੇ ਗਏ ਉਹ ਲਾਸ਼ਾਂ ਦਾ ਹਿਸਾਬ ਕਿਤਾਬ ਪੁੱਛਦਾ ਪੁੱਛਦਾ ਸਰਕਾਰ ਨੇ ਖੁਦ ਲਾਸ਼ ਪਛਾਣ ਦਿੱਤਾ ਸ਼ਹੀਦ ਕਰ ਦਿੱਤਾ ਗਿਆ ਸੁਣਿਓ ਜਿਹਨਾਂ ਦਿਨਾਂ ਦੀ ਗੱਲ ਕਰ ਰਹੇ ਨਾ ਬਾਬਾ ਜਗਰਾਜ ਸਿੰਘ ਤੂਫਾਨ ਦੀ ਸ਼ਹੀਦੀ ਹੋਈ ਹੈ ਉਹਨਾਂ ਦਿਨਾਂ ਦੀ ਬਾਤ ਹੈ ਅੱਜ ਠਾਣੇ ਸੋਹਣੇ ਬਣ ਗਏ ਪੱਕੇ ਬਣ ਗਏ ਪਰ ਉਦੋਂ ਠਾਣਿਆਂ ਦਾ ਚਾਰ ਸਪੇਰਾ ਖੁੱਲ੍ਹਾ ਹੁੰਦਾ ਸੀ ਬਜ਼ੁਰਗ ਬੈਠੇ ਨੇ ਪੁੱਛਿਓ ਠਾਣੇ ਦੇ ਵਿੱਚ ਇੱਕ ਟਾਲੀ ਦਾ ਬੂਟਾ ਇੱਕ ਪਿੱਪਲ ਤੇ ਜਾਂ ਬੋਹੜ ਦਾ ਰੁੱਖ ਹੁੰਦਾ ਸੀ 65-70 ਸਾਲ ਦਾ ਬੂਟਾ ਪੁਲਿਸ ਵਾਲੇ ਆਣ ਕੇ ਚੁੱਕ ਲਿਆ ਕਿਉਂ ਚੁੱਕਿਆ ਕਿਉਂਕਿ ਇਸ ਬੁੱਢੇ ਦਾ ਪੁੱਤ ਆਪਣੇ ਸਿੱਖ ਹੋਣ ਦਾ ਹੱਕ ਮੰਗਦਾ ਹੈ ਤੇ ਸਰਕਾਰ ਹੱਕ ਨਹੀਂ ਦਿੰਦੀ ਉੱਥੇ ਲੱਕ ਤੋੜੇ ਜਾਂਦੇ ਅੱਤਵਾਦੀ ਕਿਹਾ ਬੁੱਢੇ ਦੇ ਪੁੱਤ ਨੂੰ ਬੁੱਢਾ ਪੁੱਤ ਪੇਸ਼ ਕਰਦੇ ਬਾਪ ਲਿਜਾ ਕੇ ਥਾਣੇ ਚ ਬੰਨਿਆ ਪੁੱਤ ਨਹੀਂ ਪਹੁੰਚਿਆ ਤੇ ਇੱਕ ਦੀ ਗੱਲ ਨਹੀਂ ਇਹ ਸੈਂਕੜਿਆਂ ਦੀ ਬਾਤ ਹੈ ਜਿਹੜੀ ਮੈਂ ਪਾ ਰਿਹਾ ਮੇਰੀ ਉਹ ਭੈਣੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਹਿ ਜਾਓ ਮੈਂ ਤੁਹਾਡਾ ਹੀ ਇਤਿਹਾਸ ਤੁਹਾਨੂੰ ਸੁਣਾ ਰਿਹਾ ਕੋਈ ਮੈਂ ਘਰੋਂ ਨਹੀਂ ਲੈ ਕੇ ਆਇਆ ਗੱਲਾਂ ਜਦੋਂ ਐਵੇਂ ਚੱਲਦੇ ਪ੍ਰਕਰਨ ਦੇ ਵਿੱਚੋਂ ਤੁਸੀਂ ਉੱਠ ਕੇ ਜਾਂਦੇ ਜੇ ਨਾ ਧਿਰ ਤਾਂ ਟੁੱਟ ਜਾਂਦੀ ਬੁਲਾ ਉਹਨਾਂ ਭੈਣਾਂ ਨੂੰ ਪੁੱਛ ਕੇ ਵੇਖੋ ਨਾ ਜਿਹਨਾਂ ਨੇ ਚੱਪਾ ਚੱਪਾ ਕਰਕੇ ਆਪਣਾ ਭਰਾ ਪਾਲਿਆ ਸੀ ਚੱਪਾ ਚੱਪਾ ਕਰਕੇ ਪੰਜ ਭੈਣਾਂ ਸੀ ਉਹਨਾਂ ਨੂੰ ਪੁੱਛੋ ਵੀ ਵੀਰ ਕੀ ਹੁੰਦਾ ਭਰਾ ਕੀ ਹੁੰਦਾ ਉਹ ਦੱਸਣਗੀਆਂ ਆਪਾਂ ਤਾਂ ਜਲੇਬ ਖਾਣ ਵਾਲੇ ਹੀ ਆ ਬਾਈ ਜੇ ਸੱਚੀ ਪੁੱਛੋ ਤਾਂ ਪਰ ਕਿਤੇ ਨਾ ਕਿਤੇ ਤੰਦ ਸਾਡੀ ਸਾਰਿਆਂ ਦੀ ਜੁੜੀ ਹੈ ਇਸ ਪ੍ਰਸੰਗ ਦੇ ਨਾਲ ਇਸ ਇਤਿਹਾਸ ਦੇ ਨਾਲ ਬਾਬਾ ਜੀ ਪਹੁੰਚੇ ਨੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਦਲ ਪੰਥ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ ਆਇਆਂ ਨੂੰ ਫਿਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਆ ਬੁੱਢੇ ਪਿਓ ਦੀ ਧੀ
ਉਮਰ 20 ਸਾਲ ਦੀ ਹੈ, ਪੁਲਿਸ ਵਾਲੇ ਚੁੱਕ ਕੇ ਠਾਣੇ ਲੈ ਆਏ। ਇਹ ਇੱਕ ਘਰ ਦੀ ਕਹਾਣੀ ਨਹੀਂ, ਤੁਹਾਡਾ ਇਲਾਕਾ ਜਾਣਦਾ, ਇਹ ਘਰ ਘਰ ਦੀ ਕਹਾਣੀ ਹੈ। ਸ਼ਾਮਾਂ ਪਈਆਂ, ਪੁੱਤ ਪੇਸ਼ ਹੋ ਗਿਆ, ਇੱਕ ਪਾਸੇ ਟਾਲੀ ਦੇ ਰੁੱਖ ਦੇ ਨਾਲ ਬਾਈਆਂ 23 ਸਾਲਾਂ ਦਾ ਜਵਾਨ ਪੁੱਤ ਸੰਗਲਾਂ ਵਿੱਚ ਬੰਨਿਆ ਹੋਇਆ, ਇੱਕ ਪਾਸੇ ਪਿੱਪਲ ਦੇ ਨਾਲ ਰੱਸਾ ਪਾ ਕੇ ਬੁੱਢਾ ਪਿਓ ਬੰਨਿਆ ਹੋਇਆ, ਇੱਕ ਪਿਓ ਦੇ ਸਾਹਮਣੇ, ਇੱਕ ਭਰਾ ਦੇ ਸਾਹਮਣੇ। ਮੈਂ ਹੱਥ ਜੋੜ ਕੇ ਗੁਰੂ ਦੀ ਹਜ਼ੂਰੀ ਵਿੱਚ ਮਾਫੀ ਚਾਹੁੰਦਾ ਇਹ ਗੱਲ ਕਹਿਣ ਵਾਸਤੇ, ਪਰ ਇਹ ਕਹਿਣੀ ਪਊਗੀ। ਪਤਾ ਜੀ ਕਿਉਂ? ਕਿਉਂਕਿ ਅੱਜ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਨੰਗੇਜ ਵੇਖ ਵੇਖ ਕੇ ਅੱਖਾਂ ਪੱਕ ਗਈਆਂ, ਗੰਦਾ ਸੁਣ ਸੁਣ ਕੇ ਕੰਨ ਪੱਕ ਗਏ, ਤਾਂ ਹੀ ਤੇ ਸਾਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਪਰ ਇੱਕ ਦਿਨ ਉਹ ਵੀ ਸੀ ਜਿੱਦਣ ਸ਼ਾਮਾਂ ਪਈਆਂ, ਪੰਜੇ ਉਂਗਲਾਂ ਬਰਾਬਰ ਨਹੀਂ। ਮੰਨਿਆ ਕਿ ਸਾਰੇ ਮੁਲਾਜ਼ਮ ਇੱਕੋ ਜਿਹਾ ਨਹੀਂ ਹੁੰਦੇ, ਪਰ ਉਹਨਾਂ ਦਿਨਾਂ ਵਿੱਚ ਇਵੇਂ ਲੱਗਿਆ ਜਿਵੇਂ ਸਾਰੇ ਮੁਲਾਜ਼ਮ ਇੱਕੋ ਜਿਹਾ ਬਣ ਗਿਆ ਹੋਣ। ਕਿਵੇਂ ਬਾਈ? ਆ ਭਰਾ ਦੇ ਸਾਹਮਣੇ, ਬੁੱਢੇ ਬਾਪ ਦੇ ਸਾਹਮਣੇ, ਸ਼ਾਮਾਂ ਦੇ ਟਾਈਮ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ 20 ਸਾਲਾਂ ਦੀ ਧੀ ਦੇ ਉੱਤੇ ਟੁੱਟ ਕੇ ਪੈ ਗਏ ਪੁਲਿਸ ਵਾਲੇ, ਪਿਓ ਦੇ ਸਾਹਮਣੇ, ਭਰਾ ਦੇ ਸਾਹਮਣੇ। ਆ ਧੀ ਦਾ ਭਾਣ ਦੇ ਕੱਪੜੇ ਪਾੜ ਦਿੱਤੇ। ਕਦੇ ਕਿਸੇ ਨੇ ਆਪਣੀ ਧੀ ਦਾ ਨੰਗੇਜ ਵੇਖਿਆ? ਕਦੇ ਕਿਸੇ ਨੇ ਆਪਣੀ ਭੈਣ ਦਾ ਨੰਗੇਜ ਵੇਖਿਆ? ਮਾਫ ਕਰਨਾ ਨਹੀਂ, ਪਰ 2 ਸਾਲ ਜਿਨ੍ਹਾਂ ਵੇਖਿਆ ਉਹਨਾਂ ਨੂੰ ਪੁੱਛ ਕੇ ਵੇਖੋ। ਜਦੋਂ ਪਿਓ ਦੇ ਸਾਹਮਣੇ ਧੀ ਦੇ ਕੱਪੜੇ ਫਟੇ ਹੋਏ ਨੇ, ਤਾਂ ਪਿਓ ਪੈਰ ਦੇ ਗੂਠੇ ਦੇ ਨਾਲ ਮਿੱਟੀ ਪੁੱਟਦਾ ਕਿਤੇ ਧਰਤੀ ਖੁੱਲ ਜਾਵੇ, ਮੈਂ ਉਹਦੇ ਵਿੱਚ ਧਸ ਜਾਵਾਂ। ਸੁਣਨਾ ਜਰਾ, ਅਗਲੀਆਂ ਲੈਣਾ ਢਾਡੀ ਜਥਾ ਇਉਂਗਾ। ਰਾਹ ਵਿੱਚ ਆਉਂਦੇ ਜਾਂਦੇ ਚੱਕਲੇ, ਜਿਹੜੇ ਬਣ ਕੇ ਆਉਂਦੇ ਚਾਰ, ਉਹ ਝੂਠੇ ਬਣ ਗਏ ਪੁਲਿਸ ਮੁਕਾਬਲੇ। ਸਿਵਿਆ ਵਿੱਚ
ਰੋਂਦੀਆਂ ਮਾਵਾਂ ਰੋਂਦੀਆਂ ਜ਼ਾਰੋ ਜ਼ਾਰ ਹੱਸਿਆਂ ਵਿੱਚ ਲਾਡਾ ਬਲਦੀਆਂ ਮਾਵਾਂ ਰੋਂਦੀਆਂ ਚਾਰੋ ਜ਼ਾਰ ਹੁੰਦਾ ਕਰ ਮੁਕਾਵਣ ਵਾਸਤੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਬੇਅੰਤ ਸੰਗਤਾਂ ਵੱਲੋਂ ਮਾਣ ਕੀਤਾ ਜਾ ਰਿਹਾ, ਧੰਨਵਾਦ ਕਰਦਾ। ਉੱਥੇ ਮੇਰੇ ਬਹੁਤ ਹੀ ਸਤਿਕਾਰ ਤੋਂ ਬਹਾਦਰ ਨਹੀਂ ਹੈ ਦਲ ਬਾਬਾ ਵਿਧੀ ਚੰਦ ਤੋਂ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ, ਉਹਨਾਂ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਜੀ ਸ਼ਹੀਦਾਂ ਸਿੰਘਾਂ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਨੇ। ਇੱਥੇ ਆਉਣ ਤੇ ਜੀਵ ਆਇਆਂ ਨੂੰ ਧੰਨਵਾਦ ਹੈ। ਮੈਂ ਅਗਲੀ ਬਾਤ ਪਾਵਾਂ, ਸਮਾਂ ਬੜਾ ਸੀਮਿਤ ਜਿਹਾ। ਮੈਂ ਜਿਹੜੀ ਬਾਤ ਪਾ ਰਿਹਾ ਸੀ ਤੁਹਾਡੇ ਨਾਲ ਕਿ 2 ਸਾਲ ਲਗਾਤਾਰ ਸਿਵਿਆਂ ਨੂੰ ਲਾਟਾਂ ਛੱਡੀਆਂ, ਬਹੁਤਾ ਇਲਾਕਾ ਤੁਹਾਡਾ ਜਿਹਨੇ ਇਹ ਸੇਕ ਸੇਕਿਆ ਇਹਨਾਂ ਚੀਜ਼ਾਂ ਦਾ। 20 ਸਾਲ ਇਹਨਾਂ ਨਗਰਾਂ ਦੇ ਵਿੱਚੋਂ ਬਰਾਤ ਨਹੀਂ ਚੜ੍ਹੀ 20 ਸਾਲ, ਕਿਉਂਕਿ ਇੱਕ ਪੀੜ੍ਹੀ ਪੂਰੀ ਖਤਮ ਕਰ ਦਿੱਤੀ ਗਈ। ਅਤੇ 5 ਭੈਣਾਂ ਦਾ ਇੱਕੋ ਹੀ ਇੱਕ ਭਰਾ ਜੁਗਰਾਜ ਸਿੰਘ 13 ਸਾਲ ਦੀ ਉਮਰ ਸੀ ਜਦੋਂ ਹਥਿਆਰ ਅਤੇ ਸ਼ਸਤਰ ਰੱਖਣ ਲੱਗ ਗਿਆ ਸੀ ਆਪਣੇ ਕੋਲ, ਪੜ੍ਹਨ ਜਾਣਾ ਤੇ ਖਰਬੂਜਿਆਂ ਦੇ ਬਾੜੇ ਵਿੱਚ ਹਥਿਆਰ ਰੱਖ ਜਾਣੇ, ਆਉਣ ਲੱਗਿਆ ਫਿਰ ਚੱਕ ਲੈਣੇ, ਕਿਸੇ ਵੇਖ ਲਿਆ ਖਬਰ ਦਿੱਤੀ, ਇਸੇ ਪੈਸੇ ਇਸੇ ਰਸਤੇ। 13 ਸਾਲ ਦਾ ਸੀ ਬਾਬਾ ਜੁਗਰਾਜ ਸਿੰਘ ਜਦਣ ਪੁਲਿਸ ਵਾਲਿਆਂ ਨੇ ਉਹਦੀ ਦਸਤਾਰ ਲਾ ਕੇ ਉਹਦੇ ਨਾਲ ਹੀ ਬੰਨ ਕੇ ਜੀਪ ਦੇ ਪਿੱਛੇ ਫੜ ਕੇ ਘੜੀਸ ਕੇ ਲਗਾਏ ਸੀ। 13 ਸਾਲ ਦੀ ਉਮਰ, 13 ਸਾਲ ਦੀ। ਅੱਜ ਜਿਹੜੇ ਆਉਂਦੇ ਨੇ ਐਵੇਂ ਉੱਠ ਕੇ ਆਪਾਂ ਤੁਰ ਜਾਂਦੇ ਪੰਡਾਲ ਦੇ ਵਿੱਚੋਂ, ਇਹ ਉਹਨਾਂ ਵਾਸਤੇ ਗੱਲਾਂ ਨੇ। ਉਸ ਭੈਣ ਨੂੰ ਪੁੱਛੋ ਜਿਹੜੀ ਭੈਣ ਗਰਮ ਗਰਮ ਦੁੱਧ ਲੈ ਕੇ ਗਈ ਠਾਣੇ, ਵੀ ਮੇਰੇ ਵੀਰ ਨੂੰ ਘੜੀਸ ਕੇ ਲਗਾਇਆ ਜੀਪ ਦੇ ਪਿੱਛੇ, ਮੈਂ ਲਿਜਾ ਕੇ ਉਹਨੂੰ ਦੁੱਧ ਪਿਲਾਵਾਂ। ਤੇ ਜਦੋਂ ਉਹਨੇ ਗੜਬੀ ਦੁੱਧ ਵਾਲੀ ਆਪਣੇ ਭਰਾ ਦੇ ਮੂੰਹ ਨੂੰ ਲਾਈ ਨਾ, ਤਾਂ ਠਾਣੇਦਾਰ ਬਗਾ ਕੇ ਡੰਡਾ ਮਾਰਿਆ ਉਹਦੀ ਬਾਂਹ ਦੇ ਉੱਤੇ। ਉਹਨੂੰ ਪੁੱਛੋ ਭੈਣ, ਇਹ ਸਾਡਾ ਇਤਿਹਾਸ ਹੈ, ਅਸੀਂ ਗਾ ਕੇ ਤੁਰ ਜਾਣਾ, ਤੁਸਾਂ ਸੁਣ ਕੇ ਜਕਾਰੇ ਛੱਡ ਲੈਣੇ ਆ, ਪਰ ਇਹਨਾਂ ਬਾਤਾਂ ਨੂੰ ਕਿਤੇ ਡੰਗਿਆਈ ਦੇ ਨਾਲ ਸੋਚ ਕੇ ਵੇਖੋ। ਜੇ ਅੱਜ ਉਹ ਜੁਗਰਾਜ ਸਿੰਘ ਤੂਫਾਨ ਹੁੰਦਾ, ਮਾਫ ਕਰਨਾ, ਸ਼ਾਇਦ ਇੱਥੇ ਮੇਲੇ ਨਾ ਲੱਗਦੇ। ਸ਼ਹੀਦਾਂ ਦੀਆਂ ਬਸਤੀਆਂ ਯਾਦ ਰੱਖਿਓ, ਘੱਲੂ ਘਰ ਬਣਾ ਕੇ ਕੌਮਾਂ ਖਤਮ ਨਹੀਂ ਹੁੰਦੀਆਂ, ਘੱਲੂ ਘਰਾਂ ਨੂੰ ਭੁਲਾ ਕੇ ਕੌਮਾਂ ਖਤਮ ਹੁੰਦੀਆਂ। ਤੇ ਅੱਜ ਕਿਤੇ ਨਾ ਕਿਤੇ ਆਪਾਂ ਉਹਨਾਂ ਘੱਲੂ ਘਰਾਂ ਨੂੰ ਭੁੱਲਦੇ ਜਾ ਰਹੇ ਹਾਂ। 3-3 ਖੇਤਾਂ ਦੇ ਵਿੱਚ ਇਕੱਠ ਸੀ ਜਿੱਦਣ ਬਾਬਾ ਜੁਗਰਾਜ ਸਿੰਘ ਦੀ ਸ਼ਹੀਦੀ ਹੁੰਦੀ ਹੈ। ਮੈਂ ਉਹਦੀ ਬਾਤ ਪਾਉਣ ਲੱਗਾ ਤੁਹਾਡੇ ਨਾਲ, ਮੈਂ ਜ਼ਿਕਰ ਕਰ ਰਿਹਾ ਸੀ ਨਾ ਗੋਬਿੰਦ ਰਾਮ ਦਾ, ਉਹ ਬੋਲ ਸੁਣਨ ਵਾਲਾ ਸੀ SSP ਗੋਬਿੰਦ ਰਾਮ। ਹਰ ਵੇਲੇ ਆਪਣੀ ਧੀ ਨੂੰ ਆਪਣੇ ਨਾਲ ਰੱਖਦਾ ਸੀ, ਪਤਾ ਕਿਉਂ?
ਕਿਉਂਕਿ ਸਿੰਘ ਕਿਸੇ ਦੀ ਇੱਜ਼ਤ ਦੇ ਉੱਤੇ ਹੱਥ ਨਹੀਂ ਪਾਉਂਦੇ। ਤਾਂ ਜੇ ਕਦੇ ਇਕੱਲਾ ਹੁੰਦਾ ਨਾ ਤਾਂ ਪਤਾ ਨਹੀਂ ਕਦੋਂ ਦਾ ਕਿਤੇ ਉਹਦਾ ਕੀਰਤਨ ਸੋਹਲਾ ਪੜਿਆ ਜਾਂਦਾ। ਉਹਨੇ ਆਪਣੀ ਧੀ ਆਪਣੀ ਢਾਲ ਬਣਾ ਕੇ ਰੱਖੀ ਹੋਈ ਸੀ, ਆਪਣੀ ਬੱਚੀ ਢਾਲ ਬਣਾ ਕੇ ਰੱਖੀ ਹੋਈ ਸੀ, ਨਹੀਂ ਤੇ ਸਿੰਘਾਂ ਤੋਂ ਕਿਤੇ ਦੂਰ ਸੀ ਉਹ। ਤੇ PAP ਚੌਂਕ ਵਿੱਚ ਕਬਾੜ ਦਾ ਸਮਾਨ ਵੀ ਇਕੱਠਾ ਹੋਇਆ, ਚਾਹ ਦੇ ਖੋਖੇ ਦੇ ਉੱਤੇ ਵੀ, ਕਿਉਂਕਿ ਕੋਈ ਨਾ ਕੋਈ ਹੀਲਾ ਵਸੀਲਾ ਫਿਰ ਕਰਨਾ ਪੈਂਦਾ ਨਾ ਜਦੋਂ ਕਿਸੇ ਮੰਜ਼ਿਲ ਦੇ ਉੱਤੇ ਪਹੁੰਚਣਾ ਹੋਵੇ। ਤੇ ਮੰਜ਼ਿਲ ਨੂੰ ਪਾਉਣ ਦੀ ਖਾਤਰ ਬਾਬਾ ਜੁਗਰਾਜ ਸਿੰਘ ਤੂਫਾਨ ਜਲੰਧਰ PAP ਉੱਥੇ ਰੁਕਿਆ ਵੀ, ਹੁਣ ਇਸ SSP ਗੋਬਿੰਦ ਰਾਮ ਦਾ ਭੋਗ ਕਿੱਦਾਂ ਪਾਉਣਾ। ਇੱਕ ਵਿਸ਼ਵਾਸ ਵੀ ਬਣ ਗਿਆ, ਅੰਦਰ ਆਉਣਾ ਜਾਣਾ ਹੋ ਗਿਆ। ਤੇ ਕੂਲਰ ਦੇ ਵਿੱਚ ਬੰਬ ਫਿੱਟ ਕਰ ਦਿੱਤਾ, ਹਵਾ ਵਾਲੇ ਕੂਲਰ ਵਿੱਚ ਬੰਬ ਫਿੱਟ ਕਰਤਾ। ਆ ਲੱਗਾ ਜੇ ਇਨਾਮ ਹੋਣ ਹੁਣ ਉਸ ਕੰਮ ਨੂੰ ਜਿਹੜਾ ਤੁਹਾਡਿਆਂ ਘਰਾਂ ਚੜ ਕੇ ਬਕਵਾਸ ਮਾਰਦਾ ਸੀ ਕਿ ਪਿਛਲੇ ਦਰਵਾਜ਼ੇ ਜਵਾਈ ਜਾਂ ਪਿਛਲੇ ਕੋਠੇ ਭਜਾ ਤਾ, ਤੇ ਜੇ ਜਰਾ ਛੇਤੀ ਦਰਵਾਜ਼ਾ ਖੁੱਲ ਗਿਆ ਤੇ ਕਹਿੰਦਾ ਜਵਾਈਆਂ ਨੂੰ ਉਡੀਕਦੇ ਸੀ। ਆਪਾਂ ਸਿੱਖਾਂ ਬਾਈ, ਸਾਡੇ ਘਰ ਸਿੱਖ ਆਉਂਦਾ ਤੇ ਭਾਈ ਭਾਈ ਨੂੰ ਰੱਖਦਾ ਆਪਣੇ ਕੋਲ। ਪਰ ਇਹਨਾਂ ਲੋਕਾਂ ਨੇ ਤੂਲ ਕੁਛ ਹੋਰ ਦਿੱਤਾ ਕਿ ਇਹ ਖਾੜਕੂਆਂ ਦੀ ਸੇਵਾ ਕਰਦੇ ਆ, ਇਹ ਖਾੜਕੂਆਂ ਨੂੰ ਪਨਾਹ ਦਿੰਦੇ ਆ, ਏਦਾਂ ਦੇ ਬੋਲ ਬੋਲੇ ਗਏ। ਤੇ ਅੱਜ ਉਹਦੀ ਬੋਲਤੀ ਬੰਦ ਕਰਨ ਵਾਸਤੇ ਵਾਰ ਦੇ ਅੰਕੜੇ ਕਹਿਣ ਲੱਗਾ। ਵਾਰ ਗਾਉਣੀ ਵੀ ਮਰਦਾਂ ਦਾ ਕੰਮ, ਤੇ ਵਾਰ ਨੂੰ ਸੁਣਨਾ ਵੀ ਮਰਦਾਂ ਦਾ ਕੰਮ, ਵਾਰ ਕਰਨਾ ਵੀ ਮਰਦਾਂ ਦਾ ਕੰਮ, ਤੇ ਵਾਰ ਨੂੰ ਸਹਿਣਾ ਵੀ ਮਰਦਾਂ ਦਾ ਕੰਮ। ਵਾਰਾਂ ਤਾਂ ਯੋਧਿਆਂ ਦੀਆਂ ਨਾ ਜੀ, ਜੇ ਮੱਸੇ ਰਗੜਨੇ ਨਾਚਣੇ ਚਾਹੇ ਫਿਰ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਆਏ, ਵਾਰ ਉਹਨਾਂ ਦੀ ਬਣੀ, ਵਾਰ ਉਹਨਾਂ ਦੀ ਬਣੀ। ਜੇ 10 ਲੱਖ ਫੌਜ ਚਮਕੌਰ ਤੇ ਚੜ ਕੇ ਆਈ ਤੇ ਫਿਰ ਉੱਥੇ ਬਾਬਾ ਅਜੀਤ ਸਿੰਘ ਤੇ ਬਾਬਾ ਜਵਾਹਰ ਸਿੰਘ ਦੀ ਵਾਰ ਬਣੀ, ਵਾਰਾਂ ਯੋਧਿਆਂ ਦੀਆਂ ਹੁੰਦੀਆਂ। ਜੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਨੇ ਫੌਜਾਂ ਚਾੜ ਭੇਜੀਆਂ ਤੇ ਫਿਰ ਕੁਮਾਨ ਦਾ ਪੁੱਤ ਸਤਵੰਤ ਸਿੰਘ ਤੇ ਬੇਅੰਤ ਸਿੰਘ ਬਣ ਕੇ ਆਇਆ, ਵਾਰਾਂ ਉਹਨਾਂ ਦੀਆਂ ਬਣੀਆਂ ਜਿਹਨਾਂ ਨੇ ਕੌਮ ਦੀ ਲੱਥੀ ਪੱਗ ਮੁੜ ਕੇ ਕੌਮ ਦੇ ਸਿਰ ਦੇ ਉੱਤੇ ਧਰ ਦਿੱਤੀ। ਇਹਨਾਂ ਗੁਜਰਾਂ ਰੰਗਣਾਂ ਦੀਆਂ ਵਾਰਾਂ ਨਹੀਂ ਹੁੰਦੀਆਂ, ਵਾਰਾਂ ਯੋਧਿਆਂ ਦੀਆਂ, ਵਾਰਾਂ ਮਰਦਾਂ ਦੀਆਂ। ਹੁਣ ਕੂਲਰ ਦੇ ਵਿੱਚ ਬੰਬ ਫਿੱਟ ਕੀਤਾ, ਗਰਮੀ ਦੀ ਰੁੱਤ ਦੇ ਮੁਤਾਬਕ SSP ਗੋਬਿੰਦ ਰਾਮ ਆਇਆ, ਆਪਣੀ ਕੁਰਸੀ ਦੇ ਉੱਤੇ ਬਹਿੰਦਾ। ਜਦੋਂ ਕੁਰਸੀ ਤੇ ਬਹਿੰਦਾ ਉਹਨੇ ਟੋਪੀ ਲਾ ਕੇ ਰੱਖੀ ਟੇਬਲ ਦੇ ਉੱਤੇ, ਮੁਰਸ਼ੀ ਨੂੰ ਮਾਰੀ ਆਵਾਜ਼, ਮੁਰਸ਼ੀ ਪਾਣੀ ਲੈ ਕੇ ਆਇਆ, ਕਹਿੰਦਾ ਗਰਮੀ ਲੱਗਦੀ ਹੈ, ਕੂਲਰ ਨਾ ਪਖਾਂ। ਉਹ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਉਹ ਕਦੋਂ ਹੋਣੀ ਹੈ, ਕਿਹਦੇ ਤੇ ਹੋਣੀ ਹੈ? ਕੁਦਰਤ ਤੇਰੀ ਡਾਢਿਆ, ਬੜੇ ਨਿਆਰੇ ਰੰਗ ਭੀਖ ਮੰਗਾਵੇ ਸ਼ਾਹਾਂ ਤੋਂ ਤੇ ਤਖਤ ਬਿਠਾਵੇ, ਇਹ ਤੇ ਉਹਦੀਆਂ ਕੁਦਰਤਾਂ, ਉਹਨੇ ਕਿਹਦੇ ਕੋਲੋਂ ਕਿਹੜੀ ਸੇਵਾ ਲੈਣੀ ਹੈ? ਸੱਚੇ ਦੀਆਂ ਸੱਚੀਆਂ ਅਰਦਾਸਾਂ, ਕਿਤੇ ਸੱਚਾ ਨੇੜੇ ਹੋ ਕੇ ਸੁਣਦਾ ਸੀ। ਅੱਜ ਕੂਲਰ ਦੇ ਵਿੱਚ ਕੀਤਾ ਹੋਇਆ ਬੰਬ ਫਿੱਟ, SSP ਆਇਆ, ਉਹਨੇ ਟੋਪੀ ਰੱਖੀ, ਮੁਰਸ਼ੀ ਨੂੰ ਆਵਾਜ਼ ਮਾਰੀ, ਮੁਰਸ਼ੀ ਨੇ ਪਾਣੀ ਦਿੱਤਾ, ਪਤਾ ਨਹੀਂ ਹੱਲੇ ਇੱਕ ਘੁੱਟ ਪਾਣੀ ਦਾ ਭਰਿਆ ਕਿ ਨਹੀਂ ਭਰਿਆ। ਇੰਨੀ ਦੇਰ ਨੂੰ ਉਹਨੇ ਦੱਬਿਆ ਕੂਲਰ ਦਾ ਬਟਨ ਤੇ ਚੱਲ ਗਿਆ ਪਟਾਕੇ। ਪਾਪੀ ਦਾ ਪਾਪਾ ਦੇ ਨਾਲ ਭਰ ਗਿਆ,
ਸਤਿਗੁਰੂ ਮੇਰਿਆ ਲੋਟਾਂ ਤੇਰੀਆਂ ਪਾਪੀ ਦਾ ਪਾਪਾ ਦੇ ਨਾਲ ਭਰ ਗਿਆ ਕਲਾ ਪਾਪੀ ਦਾ ਪਾਪਾ ਦੇ ਨਾਲ ਭਰ ਗਿਆ ਲੱਗਾ ਆਪ ਭੰਨਣ ਕਰਤਾਰ ਵਿੱਚ ਸਿੰਘ ਦੇ ਸਿਵਾਸਾ ਕੀਤਾ ਹੋਣੀ ਨੇ ਵਿੱਚ ਸਿੰਘ ਦੇ ਸਿਵਾਸਾ ਕੀਤਾ ਹੋਣੀ ਨੇ ਅੱਜ ਖਿੱਚਣੇ ਪ੍ਰਾਣ ਹੋਈ ਦੀ ਲਾਰ ਬਹੁਤ ਆ ਕੇ ਅੱਜ ਸਿਰ ਉੱਤੇ ਨੱਚਦੀ ਬਹੁਤ ਆ ਕੇ ਅੱਜ ਸਿਰ ਉੱਤੇ ਨੱਚਦੀ ਛੱਡਿਆ ਨਾ ਕੋਈ ਬਲਕਾਰ ਜਿਹੜਾ ਗੋਬਿੰਦ ਰਾਮ ਸੀ ਹੰਕਾਰਿਆ ਗੋਬਿੰਦ ਰਾਮ ਹੰਕਾਰਿਆ ਦੋਸ਼ੀਆਂ ਦਾ ਖੇਡਦਾ ਸ਼ਿਕਾਰ ਅੱਜ ਕਾਲੜੇ ਚ ਭੱਟਾ ਉਹਦੇ ਮਾਰਿਆ ਅੱਜ ਕੱਲ ਨੇ ਚਪੱਟਾ ਉਹਦੇ ਮਾਰਿਆ ਸੱਟਣਾ ਨਰਕ ਦੇ ਦੁਆਰ ਸਭ ਚੱਲਿਆ ਤੇ ਉੱਡ ਗਏ ਚੀਥੜੇ ਬੰਬ ਚੱਲਿਆ ਤੇ ਉੱਡ ਗਏ ਜੀਤੇ ਚਾਰੇ ਪਾਸੇ ਮੱਚ ਗਈ ਹਾਰ ਦੁਨੀਆਂ ਤੋਂ ਹੋਇਆ ਦੁਨੀਆਂ ਤੋਂ ਹੋਇਆ ਸੀ ਜ਼ੁਲਮ ਸਿੰਘਾਂ ਦੀ ਚੁਫੇਰੇ ਜੈ ਜੈਕਾਰ Thank you.
ਕੀਤਾ ਵਾਰਸ ਨੇ ਨਾ ਮੈਂ ਉੱਚਾ ਕੌਮ ਦਾ ਵਾਰਸ ਨੇ ਨਾ ਮੈਂ ਉੱਚਾ ਕੌਮ ਦਾ ਪ੍ਰੀਤ ਦਿਲ ਰਾਜ ਗਾਉਂਦਾ ਢਾਡੀ ਵਾਰ ਸਿੰਘ ਸਿਰ ਕਿਸੇ ਦਾ ਨਾ ਲਾਉਣ ਲੱਗੇ ਸੋਚਦੇ ਨਾ ਸਿਰ ਆਪਣਾ ਕਟਾਉਣ ਲੱਗੇ ਸੋਚਦੇ ਕੌਮ ਤੇ ਬਣੇ ਭੀੜ ਜੰਮਦੇ ਹਵਾਰੇ ਫਿਰ ਬੰਬ ਨਾਲ ਬੈਰੀ ਨਾ ਅਡਾਉਣ ਲੱਗੇ ਸੋਚਦੇ ਦਿਲ ਵਿੱਚ ਸੰਤਾਂ ਲਈ ਪਿਆਰ ਠਾਠਾ ਮਾਰਦਾ ਗੱਡੀਆਂ ਤੇ ਫੋਟੋਆਂ ਨਾ ਲਾਉਣ ਲੱਗੇ ਸੋਚਦੇ ਕੰਗ ਅਤੇ ਵਾਰਸ ਵੀ ਕਰਦੇ ਵਿਚਾਰਾਂ ਬਹਿ ਕੇ ਸਿੰਘ ਕਦੇ ਪੁੰਨ ਨਾ ਕਮਾਉਣ ਲੱਗੇ ਸੋਚਦੇ ਸਿੰਘਾਂ ਪੁੰਨ ਦਾ ਕੰਮ ਕੀਤਾ ਬਾਈ ਬਾਬਾ ਜੁਗਰਾਜ ਸਿੰਘ ਤੂਫਾਨ ਇਹਦੇ ਨਾਂ ਦੇ ਨਾਲ ਤੂਫਾਨ ਲਫ਼ਜ਼ ਪਤਾ ਕਿਉਂ ਲੱਗਿਆ ਉਹ ਹਨੇਰੀ ਵਾਂਗੂ ਆਉਂਦਾ ਸੀ ਤੂਫਾਨ ਵਾਂਗੂ ਗੁਜ਼ਰ ਜਾਂਦਾ ਸੀ ਜੇ ਕਿਤੇ ਮਿਲਟਰੀ ਦਾ ਨਾਕਾ ਲੱਗਾ ਹੋਣਾ ਨਾ ਤਾਂ ਬਾਬੇ ਹੋਣਾ ਜਾਣਾ ਤੇ ਕਿਸੇ ਉਹ ਅੱਗੇ ਆਉਣ ਵਾਲੇ ਨੇ ਕਹਿ ਦੇਣਾ ਜੁਗਰਾਜ ਸਿੰਘ ਪਿੱਛਾ ਮੁੜ ਜਾ ਅੱਗੇ ਨਾਕਾ ਲੱਗਾ ਆਉਂਦੇ ਉੱਥੇ ਹੀ ਆਪਣਾ ਮੋਟਰਸਾਈਕਲ ਖੜਾ ਕਰਕੇ ਅਰਦਾਸ ਬੇਨਤੀ ਕਰਕੇ ਲੱਗੇ ਨਾਕੇ ਦੇ ਵਿੱਚ ਦੀ ਮੋਟਰਸਾਈਕਲ ਕੱਢ ਦਿੰਦਾ ਸੀ ਲੋਕੀ ਕਹਿੰਦੇ ਉਹ ਤੂਫਾਨ ਜਾਂਦਾ ਇਹ ਨਾਮ ਬਣਾਉਣੇ ਪੈਂਦੇ ਨੇ ਐਵੇਂ ਨਾਂ ਨਹੀਂ ਬਣਦੇ ਇਹ ਨਾਂ ਬਣਾਉਣੇ ਪੈਂਦੇ ਨੇ ਕਿੱਡਾ ਸਮਰਪਿਤ ਸੀ ਗੁਰੂ ਨੂੰ ਕਿ ਇੱਕ ਵੇਰਾ ਇੱਥੇ ਘੇਰਾ ਪੈ ਗਿਆ ਮਿਲਟਰੀ ਦਾ ਝੋਨੇ ਦੀ ਲਵਾਈ ਦੇ ਦਿਨ ਚੱਲਦੇ ਸੀ ਤੇ ਕੁਝ ਕੁ ਸਿੰਘ ਆ ਬਾਬਾ ਜੱਲੋ ਗੁਰਦੁਆਰੇ ਗਏ ਨਾ ਉੱਥੋਂ ਦੇ ਗ੍ਰੰਥੀ ਨੂੰ ਕਹਿੰਦੇ ਬਾਬਾ ਜੀ ਉਹ ਸਾਡਾ ਬਾਬਾ ਪਿੱਛੇ ਘੇਰੇ ਵਿੱਚ ਆ ਗਿਆ ਅਰਦਾਸ ਕਰੋ ਘੇਰੇ ਚੋਂ ਨਿਕਲ ਆਵੇ ਤਾਂ ਗੁਰੂ ਘਰ ਦਾ ਗ੍ਰੰਥੀ ਬਾਬਾ ਆਖਣ ਲੱਗਾ ਮੇਰੇ ਨਾਲੋਂ ਜ਼ਿਆਦਾ ਅਰਦਾਸ ਪਰਮਾਤਮਾ ਉਹਦੀ ਸੁਣਦਾ ਉਹਨੇ 10 ਗੁੱਛੀਆਂ ਝੋਨੇ ਦੀਆਂ ਇੱਧਰ ਦੀ ਤੇ ਇੱਧਰ ਦੀ ਫੜ ਕੇ ਜਦੋਂ ਉਹ ਸਿੰਘ ਗਏ ਨਾ ਜੀ ਤਾਂ ਉਹ ਤੋਂ ਬਾਅਦ ਉਹ ਸਿੱਧਾ ਹੀ ਟਾਕਰਾ ਕਰ ਲੈਂਦਾ ਜੀ ਆਂਦਾ ਜਿਹਨੇ ਮਾਂ ਦਾ ਦੁੱਧ ਪੀਤਾ ਨਾ ਤੇ ਸਿੱਧਾ ਮੂੰਹ ਕਰਕੇ ਲੜੋ ਫਿਰੋ ਤੇ ਮਿਲਟਰੀ ਵਾਲੇ ਦੂਜੇ ਪਾਸੇ ਨੂੰ ਮੂੰਹ ਕਰਕੇ ਖੜ ਗਏ ਤੇ ਜਦੋਂ ਬਾਬਾ ਜੁਗਰਾਜ ਸਿੰਘ ਤੂਫਾਨ ਇਸ ਘੇਰੇ ਚੋਂ ਨਿਕਲਿਆ ਨਾ ਤੇ ਬਾਬਾ ਜੱਲੋ ਵਾਲਾ ਬਾਬਾ ਜੀ ਆਖਣ ਲੱਗੇ ਉਹ ਆਉਂਦਾ ਹੀ ਤੁਹਾਡਾ ਬਾਬਾ ਮੈਂ ਆਖਿਆ ਸੀ ਨਾ ਕਿ ਮੇਰੇ ਨਾਲੋਂ ਪਹਿਲਾਂ ਅਰਦਾਸ ਉਹਦੀ ਸੁਣਦਾ ਪਰਮਾਤਮਾ ਸਦਾ ਅੰਗ ਸੰਗੇ ਅਪੰਗਮ ਕਬੂਤੇ ਜਿਹੜੇ ਸਮਰਪਿਤ ਹੁੰਦੇ ਨੇ ਗੁਰੂ ਨੂੰ ਕਹਿ ਰਹੋ ਵਿਚਾਰ ਬਾਬਾ ਜੁਗਰਾਜ ਸਿੰਘ ਤੂਫਾਨ ਜਿਹੜਾ ਸਾਰਿਆਂ ਦਾ ਚੇਤਾ ਸੀ ਸਿੰਘ ਸਾਹਿਬਾਨ ਪਹਿਲਾਂ ਬਾਤ ਪਾ ਕੇ ਗਏ ਨਾ ਜੀ ਕਿ ਉਹਦਾ ਸਤਿਕਾਰ ਹਿੰਦੂ ਵੀ ਓਨਾ ਹੀ ਕਰਦੇ ਸੀ ਉਹਦਾ ਸਤਿਕਾਰ ਮੁਸਲਮਾਨ ਵੀ ਓਨਾ ਹੀ ਕਰਦੇ ਸੀ ਹੁਣ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਸ਼ਮਸ਼ਾ ਭੇਜੋ ਵਿੱਚ ਘੇਰਾ ਪੈ ਗਿਆ ਕਈ ਵਾਰੀ ਕੁਝ ਕੁ ਗੱਲਾਂ ਇਵੇਂ ਦੀਆਂ ਹੁੰਦੀਆਂ ਕਿ ਨਾ ਚਾਹੁੰਦਿਆਂ ਹੋਇਆਂ ਵੀ ਨਹੀਂ ਬੋਲਣੀਆਂ ਪੈਂਦੀਆਂ ਕਦੇ ਪਾਬੰਦੀ ਵੀ ਲੱਗਦੀ ਹੈ ਪਰ ਮੈਂ ਇੱਕ ਗੱਲ ਤੁਹਾਡੇ ਨਾਲ ਹੁਣ ਸਾਂਝੀ ਕਰਨ ਲੱਗਾ ਉਹ ਪਰਿਵਾਰ ਮੇਰਾ ਵੀ ਹੋ ਸਕਦਾ ਉਹ ਤੁਹਾਡਾ ਵੀ ਹੋ ਸਕਦਾ ਕਿਸੇ ਹੋਰ ਦਾ ਵੀ ਹੋ ਸਕਦਾ ਪਰ ਮੈਂ ਇੱਕ ਪ੍ਰਚਾਰਕ ਹਾਂ ਔਰ ਮੇਰਾ ਫਰਜ਼ ਬਣਦਾ ਕਿ ਮੈਂ ਉਸ ਗੱਲ ਦੇ ਨਾਲ ਨਿਬੇੜਾ ਵੀ ਕਰਾਂ ਅਤੇ ਇਨਸਾਫ਼ ਵੀ ਕਰਾਂ ਅੱਜ ਜੇ ਮੇਰੇ ਪਿੰਡ ਦੇ ਵਿੱਚ ਕੋਈ ਗਦਾਰ ਹੋਵੇ ਤਾਂ ਮੈਂ ਉਹਨੂੰ ਗਦਾਰ ਕਹਿ ਕੇ ਨਾ ਗੱਲ ਕਰਾਂ ਮੈਂ ਪ੍ਰਚਾਰਕ ਨਹੀਂ ਹਾਂ ਜੀ ਜੇ ਅੱਜ ਅਸੀਂ ਇੱਕ ਬੰਦੇ ਨੂੰ ਹਾਂ ਅਗਲੀ ਪੀੜ੍ਹੀ ਗੁਰੂ ਨੂੰ ਸਮਰਪਿਤ ਹੋ ਗਈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੈ ਉਹਨਾਂ ਨੂੰ ਜੀਵ ਆਇਆ ਉਹ ਸਾਡੇ ਭਰਾ ਨੇ ਜੇ ਅੱਜ ਅਸੀਂ ਇੱਕ ਨਾਂ ਦੀ ਗੱਲ ਕਰਾਂਗੇ ਤੇ ਕੱਲ ਨੂੰ ਫਿਰ ਆਪਾਂ ਗੰਗੂ ਵਾਲੀ ਗੱਲ ਵੀ ਆਪਾਂ ਨੂੰ ਭੁੱਲਣੀ ਪਊਗੀ ਬਾਈ ਜਿੰਨਾ ਸਾਹਿਬਜ਼ਾਦਾ ਨੂੰ ਨੀਆਂ ਵੇਚਣ ਆਇਆ ਫਿਰ ਤੁਸੀਂ ਕਹੋਗੇ ਜੇ ਅੱਜ ਕਹਿੰਦੇ ਹੋ ਕਿ ਗਿਆਨੀ ਜੀ ਉਦੋਂ ਸਮਾਂ ਹੋਰ ਸੀ ਹੁਣ ਸਮਾਂ ਹੋਰ ਹੈ ਤੇ ਫਿਰ ਗੰਗੂ ਵਾਲੀਆਂ ਬਾਤਾਂ ਵੀ ਭੁੱਲਣੀਆਂ ਪੈਣੀਆਂ ਉਦੋਂ ਸਮਾਂ ਹੋਰ ਸੀ ਅੱਜ ਹੋਰ ਹੈ ਕੱਲ ਨੂੰ ਤਾਂ ਇੰਦਰਾ ਗਾਂਧੀ ਦੇ ਪਰਿਵਾਰ ਦੇ ਨਾਲ ਸਮਝੌਤੇ ਵਾਲੀਆਂ ਬਾਤਾਂ ਵੀ ਹੋਣਗੀਆਂ ਬਈ ਉਦੋਂ ਸਮਾਂ ਹੋਰ ਸੀ ਤੇ ਅੱਜ ਹੋਰ ਹੈ ਮਾਫ਼ ਕਰਨਾ ਸਮੇਂ ਤਾਂ ਬਦਲਦੇ ਰਹਿੰਦੇ ਆ ਪਰ ਜਦੋਂ ਅਗਲੀ ਪੀੜ੍ਹੀ ਦਾ ਜੀਵਨ ਬਦਲ ਜਾਂਦਾ ਅਗਲਾ
ਸਾਡਾ ਭਾਈ ਬਣਦਾ, ਅਸੀਂ ਸੱਤੀ ਹੱਥੀ ਉਹਨੂੰ ਗਲ ਦੇ ਨਾਲ ਲਾਉਣ ਨੂੰ ਤਿਆਰ ਹਾਂ। ਪਰ ਜੇ ਕਿਤੇ ਬੱਬਰਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਜੇ ਮੇਰੇ ਇਲਾਕੇ ਵਿੱਚ ਪਿੰਡ ਬਬੇਲੀ ਦੇ ਵਿੱਚ ਜੇ ਬੱਬਰਾਂ ਨਾਲ ਕਿਸੇ ਨੇ ਗਦਾਰੀ ਕੀਤੀ ਤੇ ਇਤਿਹਾਸ ਤਾਂ ਹੀ ਬਣਦਾ, ਨੇਕੀ ਤੇ ਬਦੀ ਹੋਵੇ ਤਾਂ ਇਤਿਹਾਸ ਬਣਦਾ। ਤੇ ਜੇ ਸਾਰੀਆਂ ਗੱਲਾਂ ਨੂੰ ਤੁਸੀਂ ਬਰਾਬਰ ਹੀ ਕਰ ਦਿਓਗੇ ਤੇ ਕੱਲ ਨੂੰ ਆਪਾਂ ਪੁੱਛੀਏ ਕਿ ਬਾਬਾ ਜੁਗਰਾਜ ਸਿੰਘ ਤੂਫਾਨ ਦੀ ਸ਼ਹੀਦੀ ਕਿਵੇਂ ਹੋਈ ਹੈ, ਫਿਰ ਇੱਕ ਪੱਖ ਦੇ ਵੇਖਣੇ ਪਊਗਾ ਨਾ ਜੀ, ਉਹਦੀ ਰਫਲ ਨਕਾਰੀ ਹੋ ਗਈ। ਘੁੰਮਣੀ ਜਾ ਕੇ ਬੀ ਐਸ ਏ ਦੀ ਚੌਂਕ ਐਫ ਦੀ ਚੌਂਕੀ ਵਿੱਚ ਜਾ ਕੇ ਰਿਪੋਰਟ ਦੇ ਤੀ ਕਿ ਹਥਿਆਰ ਨਕਾਰਾ ਪਾ ਲਓ ਘੇਰਾ, ਪੰਜ ਚਾਰ ਸਾਥੀ ਭਾਈ ਬਖਸ਼ੀਸ਼ ਸਿੰਘ ਵਰਗੇ ਨਾਲ ਨੇ। ਹੁਣ ਜਦੋਂ ਘੇਰਾ ਪਿਆ ਤੇ ਬੇਪਰਵਾਹ ਕਿੱਡਾ ਸੀ ਬਾਬਾ, ਬਹੁਤ ਬੇਪਰਵਾਹ ਸੀ ਬਾਬਾ ਜੁਗਰਾਜ ਸਿੰਘ ਤੂਫਾਨ, ਇੰਨਾ ਬੇਪਰਵਾਹ ਕਿ ਜਦੋਂ ਬਾਹਰ ਘੇਰਾ ਪਿਆ ਨਾ ਤੇ ਥੋੜ੍ਹੀ ਜਿਹੀ ਪੀਲੀਆ ਦੀ ਬਿਮਾਰੀ ਦੀ ਸ਼ਿਕਾਇਤ ਸੀ, ਨਾਲ ਦੇ ਸਾਥੀ ਨੇ ਠਾਲਿਆ ਜੁਗਰਾਜ ਸਿੰਘ ਉੱਠ, ਬਾਹਰ ਘੇਰਾ ਪੈ ਗਿਆ ਜੀ, ਤੇ ਬੇਪਰਵਾਹ ਐਡਾ ਸੀ ਕਹਿੰਦਾ ਆਪੇ ਘੁੰਮ ਕੇ ਮੁੜ ਜਾਓ। ਉਹ ਕਹਿੰਦਾ ਉੱਠ ਘੇਰਾ ਅੱਗੇ ਵਰਗਾ ਨਹੀਂ, ਅੱਜ ਘੇਰਾ ਬੜਾ ਸਖਤ ਏ, ਬਖ ਲੈ ਕੇ ਦੂਜੇ ਪਾਸੇ ਨੂੰ ਮੂੰਹ ਘੁਮਾਉਣਾ, ਕਹਿੰਦਾ ਕਸਤੀ ਕੁੱਤੇ ਹੋਣਗੇ ਘੁੰਮ ਕੇ ਮੁੜ ਜਾਣਗੇ, ਐਡੀ ਬੇਪਰਵਾਹੀ, ਐਡਾ ਗੁਰੂ ਤੇ ਭਰੋਸਾ। ਉਹ ਕਹਿੰਦਾ ਨਹੀਂ ਵੀ ਉੱਠ ਕੇ ਵੇਖ, ਜਦੋਂ ਆਲੇ ਕੰਨੀਏ ਝਾਕਿਆ ਨਾ ਤੇ ਬਾਹਰ ਘੇਰਾ ਬੜਾ ਤਕੜਾ ਹੈ। ਭਾਵੇਂ ਬਿਮਾਰ ਸੀ, ਉੱਠਿਆ ਆਪਣਾ ਸ਼ਸਤਰ ਚੁੱਕਿਆ, ਪਰ ਪਤਾ ਨਹੀਂ ਵੀ ਇਹ ਸ਼ਸਤਰ ਨਕਾਰਾ ਹੈ। ਅੱਜ ਤਾਂ ਆਪਾਂ ਭਰਾ ਨੂੰ ਇੱਟ ਨਹੀਂ ਰੱਖਣ ਦੇ ਕੰਧ ਦੇ ਉੱਤੇ, ਉਦੋਂ ਲੋਕੀ ਜਾੜੇ ਛੱਡਦੇ ਸੀ ਵੀ ਅਗਲੀ ਕੰਧ ਨਾਲ ਧਰਨੀ ਹੈ, ਉਹਨਾਂ ਜਾੜਿਆਂ ਦੇ ਵਿੱਚ ਦੀ ਕੋਠੇ ਤੇ ਚੜ ਗਿਆ। ਚਾਰ ਸਵੇਰੇ ਘੇਰਾ ਪਿਆ, ਜਿਹਨੇ ਆਪਣੀ ਜ਼ਿੰਦਗੀ ਵਿੱਚ ਇੱਕ ਪ੍ਰਣ ਕੀਤਾ ਸੀ, ਕਿਉਂਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਸੰਗਤ ਮਿਲੀ ਹੋਈ ਸੀ ਨਾ, ਉਹਨੇ ਪ੍ਰਣ ਪਤਾ ਕੀ ਕੀਤਾ ਸੀ, ਬਈ ਮਰ ਗਿਆ ਤੇ ਜਿੱਥੇ ਮਰਜ਼ੀ ਘੜੀਸੀ ਫਿਰਿਓ, ਪਰ ਜਿਉਂਦੇ ਜੀ ਕਿਸੇ ਦੇ ਹੱਥ ਨਹੀਂ ਆਉਂਦਾ, ਇਹ ਉਹਦਾ ਪੱਕਾ ਪ੍ਰਣ ਸੀ। ਤੇ ਉਹ ਯੋਧਾ ਪ੍ਰਣ ਤੋੜ ਨਿਭਾ ਗਿਆ, ਪਤਾ ਕਿਵੇਂ ਜੀ, ਜਦੋਂ ਕੋਠੇ ਤੇ ਚੜਿਆ ਉਹਨੇ ਇੱਕ ਵਾਰ ਤਾਂ ਨੂੰ ਰਫਲ ਸੁੱਟੀ, ਆਉਂਦੀ ਬੋਚਲੀ ਰਫਲ ਨੂੰ ਚੁੰਮਿਆ, ਰਫਲ ਸਿੱਧੀ ਕੀਤੀ ਤੇ ਮਿਲਟਰੀ ਵਾਲਿਆਂ ਵੱਲ ਨੂੰ ਐਡਾ ਘੇਰਾ ਸੀ ਤੇ ਇੱਕੋ ਹੀ ਆਪਣੇ ਸ਼ਸਤਰ ਦੇ ਨਾਲ ਸਿੱਧੀ ਕਰਕੇ ਰਫਲ, ਕਹਿੰਦਾ ਜਿਹਨੇ ਮਾਂ ਦਾ ਦੁੱਧ ਪੀਤਾ ਸਿੱਧੇ ਮੂੰਹ ਲੜੋ, ਐਂ ਤਾਂ ਨਹੀਂ ਮੈਂ ਤੁਹਾਡੇ ਹੱਥ ਆਉਂਦਾ, ਮੈਂ ਪ੍ਰਣ ਕੀਤਾ ਹੋਇਆ ਕਿ ਜਿਉਂਦੇ ਜੀ ਤੁਹਾਡੇ ਹੱਥ ਨਹੀਂ ਆਵਾਂਗਾ। ਸਿੰਘ ਹੱਥ ਰਫਲ ਦਨਾਲੀ ਫੜ ਕੇ ਤੇ ਸਿੰਘ ਕਹਿੰਦਾ ਕੋਠੇ ਤੇ ਚੜ ਕੇ ਤੇ ਤੁਸੀਂ ਆਏ ਮੇਰੇ ਤੇ ਚੜ ਕੇ ਤੇ ਤੁਹਾਡੇ ਵਿੱਚ ਦੀ ਲੰਘ ਕੇ ਜਾਵਾਂਗਾ, ਮੈਂ ਚੇਲਾ ਭਿੰਡਰਾਂ ਵਾਲੇ ਦਾ ਜਿਉਂਦਾ ਹੱਥ ਕਦੇ ਨਾ ਆਵਾਂਗਾ, ਬਾਜੋ ਵਾਲੇ ਦੀ ਸ਼ਮਸ਼ੀਰ ਹਾਂ, ਮੈਂ ਭਿੰਡਰਾਂ ਵਾਲੇ ਦਾ ਤੀਰ ਹਾਂ, ਮੈਂ ਦੰਦਾ ਛਾਤੀ ਚੀਰ ਹਾਂ, ਤੁਹਾਡੇ ਵਿੱਚ ਦੀ ਲੰਘ ਕੇ ਜਾਵਾਂਗਾ, ਮੈਂ ਚੇਲਾ ਭਿੰਡਰਾਂ ਵਾਲੇ ਦਾ ਜਿਉਂਦਾ ਹੱਥ ਕਦੇ ਨਾ ਆਵਾਂਗਾ ਆਵਾਂਗਾ, ਮੈਨੂੰ ਜਾਣੇ ਕੁੱਲ ਜਹਾਨ ਵੇ, ਮੇਰਾ ਨਾਂ ਤੇ ਉਂਜ ਤੂਫਾਨ ਵੇ, ਮੈਨੂੰ ਜਾਣੇ ਕੁੱਲ ਜਹਾਨ ਵੇ, ਮੈਂ ਐਸੀ ਭਾਜੜ ਪਾਵਾਂਗਾ, ਮੈਂ ਚੇਲਾ ਭਿੰਡਰਾਂ ਵਾਲੇ ਦਾ ਜਿਉਂਦਾ ਹੱਥ ਕਦੇ ਨਾ ਆਵਾਂਗਾ ਆਵਾਂਗਾ। ਜਦੋਂ ਉਹਨੇ ਆਪਣੀ ਰਫਲ ਚਲਾਈ ਨਾ ਜੀ ਤੇ ਫੈਰ ਹੋ ਗਿਆ ਮਿਸ, ਹਥਿਆਰ ਨਕਾਰਾ, ਤੇ ਜਦੋਂ ਹਥਿਆਰ ਹੀ ਜਵਾਬ ਦੇ ਦੇਵੇ ਫਿਰ ਕੀ ਬਚਿਆ ਜੀ ਕੋਲ, ਫਿਰ ਤੇ ਕੁਝ ਵੀ ਨਹੀਂ। ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਹਥਿਆਰ ਵੀ ਜਵਾਬ ਦੇ ਜਾਵੇ ਨਾ ਫਿਰ ਇੱਕ ਹਥਿਆਰ ਹੈ ਗੁਰਸਿੱਖਾਂ ਦੇ ਕੋਲ, ਉਹ ਪਤਾ ਕਿਹੜਾ, ਉਹ ਹੈ ਅਰਦਾਸ। ਬਾਬਾ ਜੁਗਰਾਜ ਸਿੰਘ ਤੂਫਾਨ ਨੇ ਪ੍ਰਣ ਕੀਤਾ ਕਿ ਮੈਂ ਜਿਉਂਦੇ ਜੀ ਕਿਸੇ ਦੇ ਹੱਥ ਨਹੀਂ ਆਉਣਾ, ਮਰ ਗਿਆ ਤੇ ਜਿੱਥੇ ਮਰਜ਼ੀ ਘੜੀਸੀ ਫਿਰ ਲਓ। ਲਓ ਜੀ ਸਿੰਘ ਨੇ ਕੋਠੇ ਤੇ ਖੜੋ ਕੇ ਪਾ ਕੇ ਗਲ ਵਿੱਚ ਪੱਲਾ, ਕਲਗੀਆਂ ਵਾਲੇ ਪਾਤਸ਼ਾਹ ਨੂੰ ਕਰਕੇ ਯਾਦ ਅਰਦਾਸ ਬੇਨਤੀ ਕੀਤੀ ਤੇ ਛੱਡ ਕੇ ਜਗਾਰਾ ਕੋਠੇ ਤੋਂ ਛਾਲ ਮਾਰ ਕੇ ਘੇਰੇ ਦੇ ਵਿੱਚ ਦੀ ਭੱਜਿਆ।
ਪਰ ਕਿਸੇ ਮਾਂ ਦੇ ਪੁੱਤ ਦੀ ਜ਼ਰੂਰਤ ਨਹੀਂ ਪਈ ਬਈ ਅਗਲੇ ਪਾਸਿਓਂ ਕੋਈ ਫੈਰ ਮਾਰ ਦਿੰਦਾ। ਜਦੋਂ ਘੇਰਾ ਤੋੜ ਕੇ ਨਿਕਲ ਗਿਆ ਨਾ ਤਾਂ ਮਗਰਲੇ ਪਾਸਿਓਂ ਗੋਲੀਆਂ ਚਲਾਈਆਂ, ਕਿਸੇ ਨੇ ਇੱਕ ਚ ਗੋਲੀ ਨਹੀਂ ਸੀ ਮਾਰੀ। ਤੇ ਜਦੋਂ ਬੰਦਾ ਵੇਸਲਾ ਹੋਵੇ ਗਾਂਹ ਹੀ ਲੰਘ ਜਾਵੇ ਤਾਂ ਪਿੱਠ ਪਿੱਛੋਂ ਵਾਰ ਕਰਨ ਵਾਲੇ ਨੂੰ ਫਿਰ ਕੀ ਕਹੀਏ ਬਈ? ਪਿੱਠ ਪਿੱਛੋਂ ਵਾਰ ਕਰਨ ਵਾਲੇ ਨੂੰ ਕੀ ਕਹੀਏ? ਭੱਜੇ ਜਾਂਦੇ ਤੇ ਗੋਲੀਆਂ, ਪਰ ਸਿੰਘ ਫਿਰ ਵੀ ਨਹੀਂ ਰੁਕਦਾ। ਅਗਲੇ ਪਾਸੇ ਇੱਕ ਟਰੈਕਟਰ ਜਾ ਰਿਹਾ, ਭੱਜ ਕੇ ਉਹਦੇ ਉੱਤੇ ਚੜਿਆ, ਰੂੜੀ ਦਾ ਢੇਰ ਆਇਆ ਉਹਦੇ ਵਿੱਚ ਜਾ ਕੇ ਟਰੈਕਟਰ ਜਦੋਂ ਧੱਸ ਕੇ ਬੰਦ ਹੋ ਗਿਆ ਨਾ ਤਾਂ ਕਿਸੇ ਮੁਲਾਜ਼ਮ ਦੀ ਜ਼ਰੂਰਤ ਨਹੀਂ ਸੀ ਪੈਂਦੀ, ਚਾਹੇ ਕੋਈ ਮਿਲਟਰੀ ਵਾਲਾ ਚਾਹੇ ਕੋਈ ਪੁਲਿਸ ਵਾਲਾ। ਬਈ ਸਵਾਸ ਛੱਡੇ ਸਰੀਰ ਨੂੰ, ਸ਼ਹੀਦ ਹੋਏ ਯੋਧੇ ਨੂੰ ਟਰੈਕਟਰ ਤੋਂ ਥੱਲੇ ਲਾ ਲਈਏ, ਇੰਨਾ ਡਰ ਸੀ ਉਹਨਾਂ ਦੇ ਅੰਦਰ ਕਿ ਪਤਾ ਨਹੀਂ ਕਿਤੇ ਘੇਸਲ ਵੱਟ ਕੇ ਨਾ ਪਿਆ ਹੋਵੇ, ਜੇ ਕਿਤੇ ਲਾਗੇ ਗਏ ਤੇ ਕਿਤੇ ਸੋਧਾ ਹੀ ਨਾ ਲਾ ਦੇਵੇ। ਇਹਦੇ ਬਿਨਾ ਸਿਰਾਂ ਤੋਂ ਤਹਿ ਮੈਦਾਨੇ ਜੰਗ ਚ ਖੰਡਾ ਵਾਹੁਣ ਲੱਗ ਜਾਂਦੇ ਆ, ਇਹ ਤੇ ਫਿਰ ਹਾਲੇ ਇਹਦੇ ਸਿਰ ਲੱਗਾ ਹੋਇਆ। ਪਰ ਕਿਸੇ ਇੰਨੇ ਡਰਦੇ ਸੀ ਕੋਈ ਨੇੜੇ ਨਾ ਗਿਆ। ਦੱਸਣ ਵਾਲਿਆਂ ਦੱਸਿਆ ਬਈ ਇੱਕ ਰੱਸਾ ਲੈ ਕੇ ਉਹਨੂੰ ਨਾਗ ਬਲ ਪਾਇਆ ਤੇ ਭਾਈ ਸਾਹਿਬ ਟਰੈਕਟਰ ਦੇ ਸਟੇਅਰਿੰਗ ਦੇ ਉੱਤੇ ਸਿਰ ਸੁੱਟ ਕੇ ਪਏ ਤੇ ਦੂਰੋਂ ਰੱਸਾ ਸੁੱਟ ਕੇ ਧੂ ਕੇ ਥੱਲੇ ਖਿੱਚ ਲਿਆ ਪਰਿਵਾਰ ਕੋਲੇ ਲਾਸ਼ ਆਈ। ਮੈਂ ਹੁਣ ਮੁੱਕ ਦੀ ਗੱਲ ਕਰਨ ਲੱਗਾ, ਆਖਰੀ ਕਵਿਤਾ। ਤੁਹਾਡੀਆਂ ਅੱਖਾਂ ਵਿੱਚੋਂ ਇੱਕ ਇੱਕ ਹੰਝੂ ਡੁੱਲ ਗਿਆ, ਸ਼ਰਧਾ ਦਾ ਫੁੱਲ ਹੋਵੇਗਾ ਬਾਬਾ ਜੁਗਰਾਜ ਸਿੰਘ ਜੀ ਤੂਫਾਨ ਵਾਸਤੇ। ਸਮੇਂ ਐਸੇ ਨੇ, ਕੈਸੇ ਸਮੇਂ ਬਣੇ, ਸੱਚਖੰਡ ਵਾਸੀ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਜਿਨ੍ਹਾਂ ਦੇ ਹਿੱਸੇ ਵਿੱਚ ਇਹ ਸੇਵਾਵਾਂ ਆਈਆਂ, ਜਿਨ੍ਹਾਂ ਨੇ ਸ਼ਹੀਦਾਂ ਪਰਿਵਾਰਾਂ ਦੀ ਸੇਵਾ ਵੀ ਕਰੀ ਤੇ ਜਿਨ੍ਹਾਂ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਸੰਸਕਾਰ ਵੀ ਆਪਣੇ ਹੱਥੀ ਕਰਾਏ। ਮਹਿਤੇ ਤੋਂ ਬਾਬਾ ਠਾਕੁਰ ਸਿੰਘ ਜੀ ਸਿੰਘਾਂ ਨੂੰ ਨਾਲ ਲੈ ਕੇ ਆਏ। ਲਓ ਜੀ, ਪੰਜ ਭੈਣਾਂ ਤੇ ਇੱਕ ਮਾਂ, ਬੁੱਢੀ ਮਾਂ ਦੀ ਡਗੋਰੀ, ਪੁੱਤ ਮਾਪਿਆਂ ਵਾਸਤੇ ਡਗੋਰੀਆਂ ਹੁੰਦੇ ਨੇ, ਪੁੱਤ ਮੁੱਕ ਜਾਂਦੇ ਲੱਕ ਟੁੱਟ ਜਾਂਦੇ, ਰਹਿੰਦਾ ਜੱਗ ਤੇ ਨਹੀਂ ਹੋ ਨਾ ਲੋਕੋ। ਕਿਹਨਾਂ ਦਾ? ਜਿਨ੍ਹਾਂ ਦੇ ਪੁੱਤ ਸ਼ਰਾਬੀ ਕਬਾਬੀ ਹੋ ਕੇ ਮਰਦੇ ਨੇ, ਨਸ਼ਈ ਹੋ ਕੇ ਮਰਦੇ ਨੇ, ਉਹਨਾਂ ਦਾ ਨਾਂ ਨਹੀਂ ਰਹਿੰਦਾ। ਸ਼ਹੀਦਾਂ ਦੇ ਤਾਂ ਮਾਪੇ ਹੀ ਪੂਜਣ ਯੋਗ ਹੋ ਜਾਂਦੇ ਆ। ਮੈਨੂੰ ਫਿਰ ਇੱਕ ਗੱਲ ਯਾਦ ਆਈ, ਤੁਸੀਂ ਆਖੋਗੇ ਮਾਪੇ ਕਿਵੇਂ ਪੂਜਣ ਯੋਗ ਹੁੰਦੇ ਆ? ਯਾਦ ਰੱਖਿਓ, ਜਿਹਨਾਂ ਲੋਕਾਂ ਨੇ ਚਾਹੇ ਉਹ ਪੁਲਿਸ ਵਾਲੇ ਹੋਣ, ਚਾਹੇ ਸਰਕਾਰੀ ਹੋਣ, ਚਾਹੇ ਕੋਈ ਹੋਰ ਗਦਾਰ ਹੋਵੇ, ਜਿਨ੍ਹਾਂ ਨੇ ਇਹ ਗਦਾਰੀਆਂ ਕਰੀਆਂ, ਲੋਕੀ ਉਹਨਾਂ ਨੂੰ ਲਾਣ ਤਾਂ ਪਾਉਂਦੇ ਰਹਿਣਗੇ, ਪਰ ਸ਼ਹੀਦ ਦੀ ਮਾਂ ਇਵੇਂ ਦੀ ਆ ਜੀ। ਜਦੋਂ ਮੈਂ ਪਹਿਲੀ ਵਾਰ ਭਾਈ ਸਾਹਿਬ ਦੀ ਵਰਸੀ ਤੇ ਆਇਆ ਸੀ ਨਾ, ਉਦੋਂ ਮਾਤਾ ਸੀ ਤੇ ਇੱਕ ਟੁੱਟੇ ਜਿਹੇ ਬਾਣ ਵਾਲੇ ਮੰਜੇ ਤੇ ਮਾਤਾ ਹਰਬੰਸ ਕੌਰ ਬੈਠੀ ਤੇ ਸਾਡੇ ਤੁਹਾਡੇ ਵਰਗੇ ਜਿਹੜੇ ਆਉਂਦੇ ਸੀ ਨਾ ਇਸ ਘਰ ਦੇ ਵਿਹੜੇ ਚ, ਮੰਜੇ ਤੇ ਬੈਠੀ ਮਾਂ ਨੂੰ ਬਾਹੀ ਦੇ ਉੱਤੇ ਸਿਰ ਰੱਖ ਕੇ ਮੱਥਾ ਟੇਕਦੇ ਸੀ। ਉਹ ਤੇ ਮਾਵਾਂ ਪੂਜਣ ਯੋਗ ਹੋ ਜਾਂਦੀਆਂ ਜਿਹਨਾਂ ਦੇ ਪੁੱਤ ਧਰਮ ਦੀ ਖਾਤਰ ਸ਼ਹੀਦੀ ਪ੍ਰਾਪਤ ਕਰਦੇ ਆ, ਉਹ ਮਾਵਾਂ ਪੂਜਣ ਯੋਗ ਨੇ। ਪਰ ਜਦੋਂ ਵਡੇਪੇ ਦੀ ਸੋਟੀ ਟੁੱਟ ਜਾਵੇ ਫਿਰ ਤੇ ਲੱਕ ਟੁੱਟ ਜਾਂਦਾ ਨਾ। ਇੱਕ ਵਾਰੀ ਭਾਵੇਂ ਅੱਜ ਕੌਮ ਬੜਾ ਸਤਿਕਾਰ ਦਿੰਦੀ ਹੈ, ਪਰ ਇੱਕ ਸਮਾਂ ਇਹ ਵੀ ਬਣਿਆ ਕਿ ਜਿਹੜੀਆਂ ਪੰਜਾਂ ਭੈਣਾਂ ਨੇ ਅਰਦਾਸਾਂ ਕਰ ਕਰਕੇ ਭਰਾ ਮੰਗਿਆ ਸੀ, ਅੱਜ ਉਹ ਭਰਾ ਸ਼ਹੀਦੀ ਪ੍ਰਾਪਤ ਕਰ ਗਿਆ। ਬਾਬਾ ਠਾਕੁਰ ਸਿੰਘ ਜੀ ਬਸਤਰ ਲੈ ਕੇ ਪਹੁੰਚੇ, ਇਸ਼ਨਾਨ ਪਾਨ ਹੋਇਆ। ਹੁਣ ਪੰਜ ਭੈਣਾਂ ਨੇ, ਇੱਕ ਪਾਸੇ ਤਿੰਨ ਕੁ ਭੈਣਾਂ, ਇੱਕ ਪਾਸੇ ਤਿੰਨ ਭੈਣਾਂ, ਮਾਂ ਸਰਾਣੇ ਬੈਠੀ ਏ, ਆਪਣੇ ਪੁੱਤ ਦਾ ਸਿਰ ਆਪਣੀ ਗੋਦੀ ਵਿੱਚ ਲੈ ਕੇ ਸਿਰ ਨੂੰ ਪਲੋਸਦੀ ਏ, ਵੇ ਮੈਂ ਬਾਰੀ, ਮੈਂ ਸਦਕੇ ਪੁੱਤਰਾ ਮੇਰੇ ਪੀਤੇ ਦੁੱਧ ਨੂੰ ਸਫਲਿਆ ਕਰ ਗਿਆ। ਮਾਂ ਤੇ ਆਪਣੇ ਆਪ ਨੂੰ ਹੌਸਲਾ ਦਿੰਦੀ ਹੈ, ਪਰ ਭੈਣਾਂ ਜਿਹੜੀਆਂ, ਕਿਉਂਕਿ ਭੈਣਾਂ ਦਾ ਸਹਾਰਾ ਸੀ ਵੀਰ,
ਵੀਰ ਦੀ ਲਾਸ਼ ਦੇ ਕੋਲ ਬੈਠੀਆਂ ਉਹ ਪੰਜੇ ਭੈਣਾਂ ਜਿਹੜੀਆਂ ਗੱਲਾਂ ਕਰ ਰਹੀਆਂ ਨੇ ਕਿ ਵੀਰਾ ਕਿੱਥੇ ਤੁਰ ਗਿਆ, ਕਿਹੜਾ ਤੇਰਾ ਦੇਸ਼, ਕਿਹੜਾ ਤੇਰਾ ਗ੍ਰਾਂ, ਕਿੱਥੇ ਤੈਨੂੰ ਮਿਲੀਏ, ਕਿਹੜੇ ਰਾਹ ਤੁਰ ਗਿਆ, ਕਿਹੜੇ ਵੇਲੇ ਤੁਰ ਗਿਆ। ਉਸ ਵੇਲੇ ਦੀ ਦਾਸਤਾਨ ਨੂੰ ਢਾਡੀ ਜਥਾ ਗਾ ਕੇ ਰੋਂਦੀਆਂ ਵੀਰੇ ਦੇ ਕੋਲ ਖੜਕੇ, ਭੈਣਾਂ ਰੋਂਦੀਆਂ ਵੀਰੇ ਦੇ ਕੋਲ ਖੜਕੇ, ਖੇਤਰ ਗਏ ਉਹ ਦੱਸ ਜਾ ਥਾ ਵੀਰਾ। ਰੋਂਦੀਆਂ ਵੀਰੇ ਦੇ ਕੋਲ ਖੜਕੇ, ਕਿੱਥੇ ਤੁਰ ਗਿਆ ਦੱਸ ਜਾ ਥਾ ਵੀਰਾ। ਕਿਹਦਾ ਆਸਰਾ ਛੱਡ ਕੇ ਤੁਰ ਗਿਆ ਏ, ਤੁਰ ਗਿਆ ਏ, ਹਾਰਾ ਤੁਰ ਗਿਆ ਵੇ, ਕਿਹਦੇ ਆਸਰੇ ਛੱਡ ਕੇ ਤੁਰ ਗਿਆ ਵੇ। ਰੋਂਦੀ ਵੇਖ ਨਾ ਹੋਵੇ ਸਾਥੋਂ ਮਾਂ ਵੀਰਾ। ਸੀ ਸਾਡਾ ਵੇ ਜੱਗ ਵਸਦਾ, ਸਾਡੇ ਸਿਰ ਤੇ ਸੀ ਤੇਰੀ ਵੇ ਸ਼ਾਹੀਰਾ। ਸ਼ਿੰਦਿਆ ਵੀਰਿਆ ਬੋਲਦੇ ਸਹੀ, ਬੋਲਦੇ ਸਹੀ, ਹਾਰਾ ਬੋਲਦੇ ਸਹੀ, ਉੱਠ ਸ਼ਿੰਦਿਆ ਵੀਰਿਆ ਬੋਲਦੇ ਸਹੀ, ਸਾਡੀ ਗੱਲ ਵਿੱਚ ਕਹਿ ਦੇ ਤੂੰ ਹਾ ਵੀਰਾ। ਦੂਰੋਂ ਦੂਰੋਂ ਤੋਂ ਚੱਲ ਕੇ ਲੋਕ ਆ ਗਏ, ਤੇਰਾ ਘਰੇ ਬਾਬਾ ਵੀਰਾ। ਜਿੰਨਾ ਭੈਣਾਂ ਦਾ ਵਾਰਸਾ ਵੀਰ ਨਹੀਂ ਓ, ਵੀਰ ਨਹੀਂ ਓ, ਹਾੜਾ ਵੀਰ ਨਹੀਂ ਓ, ਜਿੰਨਾ ਭੈਣਾਂ ਦੇ ਵਾਰਸਾ ਵੀਰ ਨਹੀਂ ਓ। ਕੌਣ ਛੇੜੂਗਾ ਕੋਠੇ ਤੋਂ ਕਾ ਵੀਰਾ, ਕੌਣ ਛੇੜੂਗਾ ਕੋਠੇ ਤੋਂ ਕਾ ਵੀਰਾ, ਕੌਣ ਛੇੜੂਗਾ ਕੋਠੇ ਤੋਂ ਕਾ ਵੀਰਾ। ਭੈਣਾਂ ਦੇ ਵਾਰਸਾ ਵੀਰ ਨਹੀਂ ਹੋ, ਕੌਣ ਛੇੜੂਗਾ ਕੋਠੇ ਤੋਂ ਕਾਂ ਵੀਰਾ। ਅੱਜ ਜਿਹੜੇ ਕਹਿੰਦੇ ਨਾ ਵੀ ਅੱਤਵਾਦੀਆਂ ਦਾ ਇਤਿਹਾਸ ਹੈ, ਖਾੜਕੂਆਂ ਦਾ ਇਤਿਹਾਸ ਹੈ, ਜਿਨ੍ਹਾਂ ਦੇ ਵੀਰ ਹੈ ਉਹ ਭੈਣਾਂ ਪਤਾ ਜੇ ਕੀ ਕਹਿੰਦੀਆਂ, ਕਿਤੇ ਕੋਠੇ ਤੇ ਕਾਂ ਬੋਲੇ ਨਾ ਤੇ ਆਪਣੇ ਘਰਾਂ ਦੀ ਇੱਕ ਬੋਲੀ ਹੁੰਦੀ ਸੀ, ਭੈਣ ਕਹਿੰਦੀ ਸੀ ਉੱਡ ਕਾਂ ਤੇਰੇ ਮੂੰਹ ਵਿੱਚ ਚੂਰੀ ਪਾਵਾਂ ਜੇ ਮੇਰੇ ਵੀਰੇ ਦਾ ਸੁਨੇਹਾ ਲੈ ਕੇ ਆਵੇਂ। ਤੇ ਜਿਹੜੀਆਂ ਪੰਜਾਂ ਪੰਜਾਂ ਭੈਣਾਂ ਦੇ, ਸੱਤਾਂ ਸੱਤਾਂ ਭੈਣਾਂ ਦੇ ਭਰਾ
ਪੰਥ ਦੀ ਖਾਤਰ ਸ਼ਹੀਦੀ ਪ੍ਰਾਪਤ ਕਰ ਗਏ, ਅੱਜ ਉਹਨਾਂ ਦੇ ਕੋਠੇ ਉੱਤੇ ਕਾਂ ਬੋਲੇ ਤੇ ਉਹ ਕੀ ਕਹਿ ਕੇ ਡਾਉਣ। ਸਮੇਂ ਦੀ ਸਮਾਪਤੀ ਜੀ। ਬਾਬਾ ਜੁਗਰਾਜ ਸਿੰਘ ਤੂਫਾਨ ਉਹ ਵਿਰਲੇ ਹੁੰਦੇ ਨੇ ਜੋ ਧਰਮ ਲਈ ਲੜਦੇ ਨੇ, ਦੂਜੀ ਵਾਰ ਕੋ ਜੰਮਿਆ ਨਾ, ਜੋ ਨੀਆਂ ਵਿੱਚ ਖੜਦੇ ਨੇ ਉਹ ਵਾਰਸ ਬਣ ਜਾਂਦੇ, ਜੋ ਇਤਿਹਾਸ ਨੂੰ ਪੜ੍ਹਦੇ ਨੇ ਕਮੀਨੇ ਯਾਰ ਜੋ ਹੁੰਦੇ ਨੇ ਉਹਨਾਂ ਦਾ ਨਾਂ ਨਹੀਂ ਰਹਿੰਦਾ। ਹਰ ਥਾਂ ਸ਼ਹੀਦਾਂ ਦੀ ਜਿੱਥੇ ਫੁੱਲ ਚੜ੍ਹਦੇ ਨੇ, ਅੱਜ ਤੱਕ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਕਰਦੇ ਰਵਾਂਗੇ। ਸੁਣਨ ਵਾਲੇ ਵੀ ਤੁਰ ਜਾਣਗੇ, ਸੁਣਾਉਣ ਵਾਲੇ ਵੀ ਤੁਰ ਜਾਣਗੇ, ਪਰ ਇਹ ਯਾਦਾਂ ਇਵੇਂ ਦੀਆਂ ਤਿਵੇਂ ਮੰਨਦੀਆਂ ਰਹਿਣਗੀਆਂ, ਕਿਉਂਕਿ ਉਹਨਾਂ ਸ਼ਹੀਦਾਂ ਨੂੰ ਆਪਾਂ ਦੋ ਵਕਤ ਅਰਦਾਸ ਵਿੱਚ ਯਾਦ ਕਰਦੇ ਹਾਂ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਗ ਕਟਵਾਏ, ਖੋਪੜੀਆਂ ਤੁਰਾਈਆਂ, ਚਰਖੜੀਆਂ ਦੇ ਚੜੇ ਤਨ ਆਰਿਆਂ ਨਾਲ ਚੜਵਾਏ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੁੱਖੋ ਸੀਰ ਉਚਾਰੀ ਜੀ ਉਚਾਰੀ, ਤਿੰਨਾਂ ਮਾਈਆਂ ਬੀਬੀਆਂ ਭੁਚੰਗੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਕੌਮ ਕਦੇ ਸ਼ਹੀਦਾਂ ਨੂੰ ਭੁੱਲਦੀ ਨਹੀਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੀ ਸਮੁੱਚੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਨੂੰ ਜੀਓ ਆਇਆ ਜੀਓ ਆਇਆ ਜੀਓ ਆਇਆ। ਨਗਰ ਦੀ ਪੰਚਾਇਤ ਦਾ ਧੰਨਵਾਦ, ਦਮਨਮੀ ਟਕਸਾਲ ਦੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ, ਸਤਿਕਾਰਯੋਗ ਭਾਈ ਸਾਹਿਬ ਜੀਆਂ ਦੀ ਧੀ ਰਾਣੀ ਸਾਡੇ ਬੱਚਿਆਂ ਵਰਗੀ ਹੈ, ਸਿਮਰਨਜੀਤ ਕੌਰ ਤੇ ਦਮਾਦ ਇੰਦਰਜੀਤ ਸਿੰਘ ਜੀ, ਵਾਹਿਗੁਰੂ ਇਹਨਾਂ ਦੇ ਸਿਰ ਦੇ ਉੱਤੇ ਮੇਰਾ ਭਰਿਆ ਹੱਥ ਰੱਖੇ ਤੇ ਇਵੇਂ ਪੰਥ ਦੀ ਸੇਵਾ ਕਰਦੇ ਨੇ, ਇਵੇਂ ਉਹਨਾਂ ਸ਼ਹੀਦਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਜਿਹੜੇ ਬੈਠੇ ਨੇ, ਆਪਾਂ ਉਹਨਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ। ਸਤਿਗੁਰੂ ਸੱਚਾ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ। ਬੇਅੰਤ ਸੰਗਤਾਂ ਵੱਲੋਂ ਸੀਸਾਂ ਆਈਆਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਿਰਵੈਰ ਟੀਵੀ ਉਹਨਾਂ ਵੱਲੋਂ, ਕਿਉਂਕਿ ਕੱਲ੍ਹ ਸ਼ਾਮੀ ਵੀ ਅਸੀਂ ਪ੍ਰੋਗਰਾਮ ਜਿਹੜਾ ਦਿੱਤਾ ਬਲਾ ਚੌੜ ਦੇ ਲਾਗੇ, ਉੱਥੇ ਵੀ ਇਹਨਾਂ ਨੇ ਲਾਈਵ ਚਲਾਇਆ ਤੇ ਇੱਥੇ ਪਹੁੰਚ ਕੇ ਵੀ ਇਸ ਸਮਾਗਮ ਨੂੰ ਇਹਨਾਂ ਨੇ ਲਾਈਵ ਕੀਤਾ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸੱਚਾ ਪਾਤਸ਼ਾਹ ਕਿਰਪਾ ਕਰੇ, ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਹੀ ਚੈਨਲ ਵਾਲੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਆਪਣੇ ਹੱਕ ਦੇ ਸੱਚ ਦੀਆਂ ਬਾਤਾਂ ਦੇਸਾਂ ਪ੍ਰਦੇਸਾਂ ਤੱਕ ਸਿੱਖ ਸੰਗਤਾਂ ਨੂੰ ਸੁਣਾਉਣ ਦਾ ਯਤਨ ਕਰਦੇ ਨੇ। ਜਿੱਥੇ ਜਿੱਥੇ ਵੀ ਬਹਿ ਕੇ ਕਿਸੇ ਨੇ ਇਸ ਸ਼ਹੀਦੀ ਸਮਾਗਮ ਵਾਸਤੇ ਆਨੰਦ ਮਾਣਿਆ, ਭਾਈ ਹਾਜ਼ਰੀਆਂ ਭਰੀਆਂ, ਵਾਹਿਗੁਰੂ ਘਰਾਂ ਵਿੱਚ ਬੈਠੇ ਸਰੀਰਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਸ਼ਹੀਦ ਸਿੰਘ ਆਪਣੇ ਦਰੋ ਕਰੋ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਵਾਲਾ ਜੀਵਨ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਪੰਥ ਕੌਮ ਵਾਸਤੇ ਇੱਕ ਚੜ੍ਹਦੀ ਕਲਾ ਦਾ ਚਕਾਰਾ ਸਾਂਝੇ ਤੌਰ ਤੇ ਬੁਲਾਈਏ। ਸ਼੍ਰੀ ਅਕਾਲ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਸਕੱਤਰ ਸਾਹਿਬਾਨ ਜੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੋਟਲ ਕੁਟਾਨ ਧੰਨਵਾਦ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਹਨਾਂ ਖੁੱਲੇ ਦਰਸ਼ਨ ਦਾਰੇ ਦੇ ਕੇ ਨਿਹਾਲ ਕੀਤਾ। ਛਪੇ ਕਾਰਡ ਕੋਲ ਨੇ, ਕਿਸੇ ਨੂੰ ਲੋੜ ਹੋਵੇ ਬਾਹਰ ਜਾ ਕੇ ਲੈ ਸਕਦੇ ਹੋ। ਆਉਂਦਿਆਂ ਫਤਿਹ ਦੀ ਸਾਂਝ ਪਾਈ ਤੇ ਜਾਂਦਿਆਂ ਫਤਿਹ ਦੀ ਸਾਂਝ ਪਾਓ, ਬੈਠੋ ਸੱਜ ਕੇ, ਕਹਿ ਦਿਓ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।